ਸਟੂਡੈਂਟਸ ਅੱਜ ਅਸੀਂ ਆਪਣੇ ਐਸੇ ਕੌਨਸਿੰਗ ਪਲੇਸ ਦੇ ਕੁਐਸਚਨ ਆਨਸਰਸ ਅਤੇ ਟੈਕਸਚੁਅਲ ਐਕਸਰਸਾਈਜ਼ਸ ਸੋਲਵ ਕਰਾਂਗੇ ਜਿਸ ਤਰ੍ਹਾਂ ਕਿ ਤੁਸੀਂ ਸਕਰੀਨ ਤੇ ਦੇਖ پا ਰਹੇ ਹੋ ਕਿ ਪਹਿਲੇ ਪਾਰਟ ਦੇ ਵਿੱਚ ਟੋਟਲ 10 ਕੁਐਸਚਨਸ ਨੇ 6 ਸਪੇਸ ਦੇ ਨੇ ਤੇ 4 ਕੁਐਸਚਨਸ ਜਿਹੜੇ ਨੇ ਇਹ ਅਗਲੇ ਪੇਜ ਤੇ ਨੇ ਇਹ ਸਾਰੇ ਸਟੂਡੈਂਟਸ ਕੁਐਸਚਨ ਜੋ ਨੇ ਇਹ ਸ਼ਾਰਟ ਆਨਸਰ ਟਾਈਪ ਕੁਐਸਚਨਸ ਨੇ ਇਹਨਾਂ ਨੂੰ ਸੋਲਵ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਜ਼ਰੂਰ ਕਰਾਂਗਾ ਕਿ ਇਸ ਚੈਪਟਰ ਦਾ ਮੈਂ ਬਹੁਤ ਹੀ ਈਜ਼ੀ ਐਕਸਪਲੇਨੇਸ਼ਨ ਦੇ ਵਿੱਚ ਵੀਡੀਓ ਬਣਾਇਆ ਹੈ ਜਿਸ ਦਾ ਲਿੰਕ ਉੱਪਰ ਤੁਹਾਨੂੰ ਮੈਂ ਦੇ ਰਿਹਾ ਹਾਂ ਤਾਂ ਜੇਕਰ ਤੁਸੀਂ ਇਹ ਵਾਲਾ ਵੀਡੀਓ ਤੁਸੀਂ ਨਹੀਂ ਦੇਖਿਆ ਤਾਂ ਇਸ ਚੈਪਟਰ ਨੂੰ ਪੂਰੀ ਤਰ੍ਹਾਂ ਸਮਝਣ ਦੇ ਲਈ ਇਸ ਲਿੰਕ ਤੇ ਜਾ ਕੇ ਇਸ ਚੈਪਟਰ ਨੂੰ ਜ਼ਰੂਰ ਸਮਝੋ ਤਾਂ ਕਿ ਤੁਹਾਨੂੰ ਇਹ ਸਾਰੇ ਕੁਐਸਚਨ ਆਨਸਰਸ ਕਲੀਅਰ ਹੋ ਪਾਣ ਅਤੇ ਤੁਸੀਂ ਇਸ ਨੂੰ ਆਪਣੇ ਐਗਜ਼ਾਮੀਨੇਸ਼ਨਜ਼ ਦੇ ਲਈ ਤਿਆਰ ਕਰ ਪਾਓ ਤਾਂ ਜੇਕਰ ਤੁਸੀਂ ਇਹ ਮੇਰਾ ਲੈਕਚਰ ਮਿਸ ਕਰ ਦਿੱਤਾ ਹੈ ਤਾਂ ਤੁਸੀਂ ਇਹ ਨਾ ਐਕਸਰਸਾਈਜ਼ ਨੂੰ ਸੋਲਵ ਕਰਨ ਤੋਂ ਪਹਿਲਾਂ ਇਸ ਵੀਡੀਓ ਨੂੰ ਜ਼ਰੂਰ ਦੇਖੋ ਜਿਹੜੇ ਸਟੂਡੈਂਟਸ ਨੇ ਆਲਰੇਡੀ ਇਹ ਵੀਡੀਓ ਦੇਖ ਰੱਖਿਆ ਹੈ ਉਹ ਇਸ ਨੂੰ ਕੈਰੀ ਆਨ ਕਰ ਸਕਦੇ ਨੇ ਸਟੂਡੈਂਟਸ ਨੇ ਸਾਰੇ ਕੁਐਸਚਨਸ ਆਨਸਰਸ ਇੱਕ ਪੀਡੀਐਫ ਫਾਈਲ ਦੇ ਵਿੱਚ ਬਣਾਏ ਨੇ ਜਿਸ ਤਰ੍ਹਾਂ ਕਿ ਤੁਸੀਂ ਦੇਖ ਪਾ ਰਹੇ ਹਾਂ ਤਾਂ ਆਪਾਂ ਇੱਕ ਇੱਕ ਕੁਐਸਚਨ ਲੈ ਕੇ ਉਸ ਨੂੰ ਸੋਲਵ ਕਰਦੇ ਹਾਂ ਤਾਂ ਪਹਿਲਾ ਕੁਐਸਚਨ ਹੈ ਕਿ ਵਾਈ ਵਾਸ ਦਾ ਪੈਸੇਂਜਰ ਹਰਲਡ ਆਊਟ ਆਫ ਦਾ ਲਿਫਟ ਹਰਲਡ ਆਊਟ ਦਾ ਮਤਲਬ ਤਾਂ ਮੈਂ ਦੱਸਿਆ ਸੀ ਬੱਚਿਓ ਕਿ ਧੱਕੇ ਦੇ ਕੇ ਬਾਹਰ ਕਰ ਦੇਣ ਨੂੰ ਸੀ ਹਰਲਡ ਆਊਟ ਕਹਿੰਦੇ ਹਾਂ ਬਿਲਕੁਲ ਐਸੇ ਦੇ ਸ਼ੁਰੂ ਦੇ ਵਿੱਚ ਇੱਕ ਇਨਸੀਡੈਂਟ ਤੋਂ ਏਜੀ ਗਾਰਡੀਨਰ ਆਪਣਾ ਐਸੇ ਸਟਾਰਟ ਕਰ ਦੇ ਨੇ ਕਿ ਇੱਕ ਲਿਫਟ ਮੈਨ ਹੈ ਉਸ ਕੋਲ ਇੱਕ ਪੈਸੇਂਜਰ ਆਂਦਾ ਹੈ ਜੋ ਉਸ ਨੂੰ ਕਹਿੰਦਾ ਟਾਪ ਬੜੇ ਹੀ मतलब रूखे जी आवाज ਦੇ ਵਿੱਚ ਹੋਈ ਗੱਲ ਕਹਿੰਦਾ ਤਾਂ ਜਿਹੜਾ ਲਿਫਟਮੈਨ ਹੈ ਉਸ ਨੂੰ ਕੁਸਾ ਆ ਜਾਂਦਾ ਹੈ ਤੇ ਉਹ ਪੈਸੇਂਜਰ ਨੂੰ ਕਹਿੰਦਾ ਕਿ ਤੂੰ ਟੌਪ ਪਲੀਜ਼ ਕਰ ਲੇਕਿਨ ਪੈਸੇਂਜਰ ਨਹੀਂ ਮੰਨਦਾ ਤੇ ਲਿਫਟਮੈਨ ਉਸ ਨੂੰ ਚੱਕ ਕੇ ਬਾਹਰ ਸੁੱਟ ਦਿੰਦਾ ਤਾਂ ਆਨਸਰ ਇਹੀ ਹੈ ਦਾ ਪੈਸੇਂਜਰ ਵਾਸ ਹਰਲਡ ਆਊਟ ਆਫ ਦਾ ਲਿਫਟ ਬਿਕੋਜ਼ ਹੀ ਹੈਡ ਮਿਸ ਬਿਹੇਵਡ ਵਿਦ ਦਾ ਲਿਫਟਮੈਨ ਮਿਸ ਬਿਹੇਵ ਦਾ ਮਤਲਬ ਬੱਚੇ ਤੁਹਾਨੂੰ ਪਤਾ ਹੈ ਕਿ ਜਦੋਂ ਆਪਾਂ ਰੁੱਖਾ ਵਿਵਹਾਰ ਕਰਦੇ ਹਾਂ ਕਿਸੇ ਨਾਲ ਪ੍ਰੋਪਰਲੀ ਆਪਾਂ ਉਸ ਨਾਲ ਵਿਵਹਾਰ ਨਹੀਂ ਕਰਦੇ ਉਸ ਨੂੰ ਮਿਸ ਬਿਹੇਵਡ ਕਹਿੰਦੇ ਆ ਤਾਂ ਪੈਸੇਂਜਰ ਨੂੰ ਪਾਰਸ਼ੂਟ ਦਿੱਤਾ ਗਿਆ ਕਿਉਂਕਿ ਉਸ ਨੇ ਲਿਫਟ ਮੈਨ ਨਾਲ ਮਿਸ ਬਿਹੇਵ ਕੀਤਾ ਸੀ ਤਾਂ ਇਹਦਾ ਆਨਸਰ ਅਸੀਂ ਇੱਕ ਲਾਈਨ ਦੇ ਵਿੱਚ ਈਜ਼ੀ ਜਿਹਾ ਲਿਖ ਦਿੱਤਾ ਹੈ ਸੈਕਿੰਡ ਕੁਐਸਚਨ ਹੈ ਹਾਊ ਕੁਡ ਦਾ ਲਿਫਟ ਮੈਨ ਰੀਸਟੋਰ ਹਿਸ ਇਕੁਇਲਿਬਰੀਅਮ ਸਟੂਡੈਂਟ ਜਦੋਂ ਮੈਂ ਤੁਹਾਨੂੰ ਇਹ ਚੈਪਟਰ ਸਮਝਾਇਆ ਸੀ ਤਾਂ ਬਹੁਤ ਹੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਰੀਸਟੋਰ ਹਿਸ ਇਕੁਇਲਿਬਰੀਅਮ ਦਾ ਮਤਲਬ ਹੁੰਦਾ ਹੈ ਕਿ ਜਦੋਂ ਆਪਾਂ ਆਪਣਾ ਜੋ ਸੰਤੁਲਨ ਹੈ ਉਸ ਨੂੰ ਰੀਸਟੋਰ ਕਰਦੇ ਹਾਂ ਦੁਬਾਰਾ ਤੋਂ ਪਾਣੇ ਹ ਉਸ ਨੂੰ ਅਸੀਂ ਕਹਿੰਦੇ ਹਾਂ ਇਹਦਾ ਮਤਲਬ ਇਹ ਹੋਇਆ ਕਿ ਮੰਨ ਲਓ ਆਪਾਂ ਨੂੰ ਕਿਸੇ ਤੇ ਗੁੱਸਾ ਹੈ ਹੁਣ ਅਸੀਂ ਉਸ ਦੇ ਉੱਪਰ ਆਪਣਾ ਗੁੱਸਾ ਨਹੀਂ ਘੜ ਸਕਦੇ ਕਿਉਂਕਿ ਉਹ ਸ਼ਾਇਦ ਸਾਡੇ ਤੋਂ ਉਹਦੇ ਵਿੱਚ ਵੱਡਾ ਹੈ ਤਾਂ ਅਸੀਂ ਫਿਰ ਕੀ ਕਰਦੇ ਹਾਂ ਆਪਣਾ ਗੁੱਸਾ ਇੱਕ ਉਸ ਇਨਸਾਨ ਤੇ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਜਿਸ ਤੇ ਸਾਡਾ ਜ਼ੋਰ ਚੱਲ ਜਾਂਦਾ ਹੈ ਇਹ ਆਮ ਇੱਕ ਇਨਸਾਨ ਦੀ ਫਿਤਰਤ ਹੁੰਦੀ ਹੈ ਤਾਂ ਉਹ ਗੁੱਸਾ ਕੱਢਣ ਨੂੰ ਆਪਾਂ ਰੀਸਟੋਰ ਹਿਸ ਇਕੁਇਲਿਬਰੀਅਮ ਕਹਿੰਦੇ ਆ ਇਸ ਐਸੇ ਦੇ ਕੰਟੈਕਸਟ ਦੇ ਵਿੱਚ ਤਾਂ ਲਿਫਟ ਮੈਨੂੰ ਗੁੱਸਾ ਚੜਿਆ ਹੋਇਆ ਸੀ ਤਾਂ ਜੇਕਰ ਉਹ ਪਰਸਨ ਨੂੰ ਜੋ ਕਿ ਉਸ ਦੇ ਲਿਫਟ ਦੇ ਵਿੱਚ ਆਇਆ ਸੀ ਜਿਸ ਨੇ ਉਸ ਨੂੰ ਟੌਪ ਕਿਹਾ ਸੀ ਜੇਕਰ ਉਹ ਉਸ ਨੂੰ ਬਾਹਰ ਨਾ ਕੱਢਦਾ ਤਾਂ ਫਿਰ ਉਹ ਆਪਣਾ ਗੁੱਸਾ ਕਿਵੇਂ ਸ਼ਾਂਤ ਕਰਦਾ ਆਪਣੇ ਇਕੁਇਲਿਬਰੀਅਮ ਨੂੰ ਰੀਸਟੋਰ ਕਿਵੇਂ ਕਰਦਾ ਇਹ ਕੁਐਸਚਨ ਹੈ ਜੀ ਤਾਂ ਆਪਾਂ ਇਹ ਦੇਖਿਆ ਸੀ ਕਿ ਉਹ ਘਰ ਜਾਂਦਾ ਸ਼ਾਮ ਤੱਕ ਸੋਚਦਾ ਰਹਿੰਦਾ ਕਿ ਮੇਰੇ ਨਾਲ ਅਜੀ ਇੱਕ ਬੰਦਾ ਐ ਬੋਲ ਗਿਆ ਐ ਬੋਲ ਗਿਆ ਘਰ ਜਾ ਕੇ ਸ਼ਾਮ ਨੂੰ ਆਪਣੀ ਘਰਦਿਆਂ ਦੇ ਉੱਪਰ ਜਾਂ ਸਪੈਸ਼ਲੀ ਆਪਣੀ ਵਾਈਫ ਦੇ ਉੱਪਰ ਗੁੱਸਾ ਛਾੜਦਾ ਤੇ ਆਪਣੇ ਆਪ ਨੂੰ ਰੀਸਟੋਰ ਕਰਨ ਦੀ ਕੋਸ਼ਿਸ਼ ਕੀਤਾ ਕਰਦਾ ਤਾਂ ਆਪਾਂ ਅਨਸਰ ਹੀ ਲਿਖਿਆ ਕਿ ਹੀ ਕੁਡ ill treated his wife at home in the evening to restore his equilibrium ill treat ਦਾ ਮਤਲਬ ਹੁੰਦਾ ਮਾੜਾ ਵਿਵਹਾਰ ਕਰਨਾ ਬੁਰਾ ਭਲਾ ਬੋਲਣਾ ਤਾਂ ਉਹ ਜਾ ਕੇ ਆਪਣੀ ਵਾਈਫ ਨੂੰ ਘਰੇ ਐਟ ਹੋਮ ਘਰੇ ਇੰਦਾ ਇਵਨਿੰਗ ਸ਼ਾਮ ਨੂੰ ਆਪਣੀ ਵਾਈਫ ਦੇ ਨਾਲ ਮੰਦਾ ਬੋਲਦਾ ਉਸ ਨਾਲ ਬੁਰਾ ਵਿਵਹਾਰ ਕਰਦਾ ਤਾਂ ਫਿਰ ਉਸ ਦਾ ਗੁੱਸਾ ਠੰਡਾ ਹੋ ਜਾਂਦਾ ਦੈਨ ਹੀ ਕੈਨ ਰੀਸਟੋਰ ਹਿਸ ਇਕੁਇਲਿਬਰੀਅਮ ਤਾਂ ਇਸ ਤਰ੍ਹਾਂ ਆਪਾਂ ਇਸ ਦਾ ਆਨਸਰ ਦਿੱਤਾ ਹੈ 3rd ਕੁਐਸਚਨ ਹੈ ਜੀ ਡਿਸਕ੍ਰਾਈਬ ਦਾ ਚੇਨ ਰਿਐਕਸ਼ਨ that possibly led to the lift man's outburst hun aapne eh dasna hai ki jehda lift man nu gussa aya sirf ik choti ji gal te ke usnu ik person ne aake top please ni kiah top keha ta oh da jehda lift man da outburst outburst da matlab jo usnu gussa aya jis tarah oh phuttya gussa ta oh kyon hoya ਕਿਹੜੀਆਂ ਰਿਐਕਸ਼ਨਸ ਹੋਈਆਂ ਚੇਨ ਰਿਐਕਸ਼ਨ ਇੱਕ ਲੜੀਵਾਰ ਕਿਰਿਆਵਾਂ ਕਿਹੜੀਆਂ ਹੋਈਆਂ ਜਿਸ ਨਾਲ ਉਸ ਨੂੰ ਇੰਨਾ ਗੁੱਸਾ ਆਇਆ ਤਾਂ ਬੱਚੋ ਇਹ ਆਪਾਂ ਐਸੇ ਦੇ ਵਿੱਚ ਪੜਿਆ ਹੈ ਇਵਨ ਕਿ ਇਸ ਚੀਜ਼ ਨੂੰ ਦੱਸਣ ਤੋਂ ਪਹਿਲਾਂ ਰਾਈਟਰ ਦਾ ਰਾਈਵਲਸ ਪਲੇ ਦੇ ਵਿੱਚੋਂ ਇੱਕ ਦੋ ਤਿੰਨ ਕਰੈਕਟਰਸ ਦੇ ਬਾਰੇ ਵੀ ਦੱਸਦਾ ਕਿਸ ਤਰ੍ਹਾਂ ਚੇਨ ਰਿਐਕਸ਼ਨ ਹੁੰਦੀ ਹੈ ਫਿਰ ਉਹ ਚੇਨ ਰਿਐਕਸ਼ਨ ਜੋ ਲਿਫਟਮੈਨ ਦੇ ਨਾਲ ਹੋਇਆ ਉਸ ਨੂੰ ਡਿਸਕ੍ਰਾਈਬ ਕਰਦਾ ਹੈ ਤਾਂ ਹੁੰਦਾ ਕੀ ਹੈ ਜੀ ਕਿ ਜਿਹੜੀ ਹਾਊਸਮੇਡ ਹੈ ਇੱਕ ਕਰਤ ਹਾਊਸਮੇਡ ਤੁਹਾਨੂੰ ਪਤਾ ਹੈ ਨੌਕਰਾਨੀ ਨੂੰ ਕਿਹਾ ਜਾਂਦਾ ਹੈ ਤਾਂ ਉਸਨੇ ਉਸ ਘਰ ਦੇ ਵਿੱਚ ਜਿਹੜੀ ਰਸੋਈਆ ਹੈ ਉਸ ਨੂੰ ਉਹ ਆਨਸਰ دیتا ਉੱਤਰ دیتا ਉਸ ਦਾ ਕੰਮ ਨਹੀਂ ਕੀਤਾ ਤੇ ਫਿਰ ਜਿਹੜਾ ਕੁਕੋ ਨਰਾਜ਼ ਹੋ ਗਿਆ ਹੀ ਵਾਸ ਰਿਊਡ ਟੂ ਦਾ ਵਾਈਫ ਆਫ ਦਾ ਏਮਪਲਾਇਰ ਜੋ ਏਮਪਲਾਇਰ ਸੀਗਾ ਜੋ ਮਾਲਕ ਸੀ ਉਸ ਦੀ ਵਾਈਫ ਨਾਲ ਉਹ ਬੁਰਾ ਬੋਲਿਆ ਕਿਉਂਕਿ ਉਸ ਨਾਲ ਹਾਊਸਮੇਡ ਬੁਰੀ ਬੋਲੀ ਸੀ ਤਾਂ ਹੁਣ ਵਾਈਫ ਨਰਾਜ਼ ਹੋ ਗਈ ਉਸਨੇ ਆਪਣੇ ਪਤੀ ਨੂੰ ਹੈਂਪੈਕਡ ਕਰਤਾ ਹੁਣ ਹੈਂਪੈਕ ਦਾ ਮਤਲਬ ਉਹਨ ਮੈਂ ਦੱਸਿਆ ਸੀ ਕਿ ਜਿਹੜਾ ਜ਼ਰੂਰ ਦਾ ਗੁਲਾਮ ਹੁੰਦਾ ਚੁੱਪ ਕਰਕੇ ਸੁਣਦਾ ਰਹਿੰਦਾ ਹੈ ਬ੍ਰੇਕਫਾਸਟ ਤੇ ਉਹਦੀ ਵਾਈਫ ਉਸ ਨੂੰ ਮਾੜਾ ਬੋਲੀ ਦੇਖੋ ਚੇਨ ਰਿਐਕਸ਼ਨ ਹੋ ਰਿਹਾ ਹੈ ਹਾਊਸ ਮੇਡ ਕੁੱਕ ਨੂੰ ਮਾੜਾ ਬੋਲੀ ਕੁੱਕ ਅੱਗੇ ਵਾਈਫ ਨੂੰ ਮਾੜਾ ਬੋਲਿਆ ਵਾਈਫ ਅੱਗੇ ਆਪਣੇ ਮਾਲਕ ਨੂੰ ਮਾੜਾ ਬੋਲਦੀ ਹੁਣ ਏਮਪਲਾਇਰ ਨੂੰ ਵੀ ਗੁੱਸਾ ਆਇਆ ਹੋਇਆ ਸੀ ਮਾਲਕ ਨੂੰ ਉਹ ਜਦੋਂ ਆਫਿਸ ਚ ਗਿਆ ਤਾਂ ਉਸ ਨੇ ਗੁੱਡ ਮਾਰਨਿੰਗ ਨਹੀਂ ਕਿਹਾ ਆਪਣੇ ਆਫਿਸ ਚ ਦਮਨ ਉਸ ਇਨਸਾਨ ਨੂੰ ਉਸ ਮੈਨ ਨੂੰ ਜੋ ਕਿ ਲਿਫਟ ਚ ਆਇਆ ਸੀ ਤਾਂ ਹੁਣ ਉਹ ਲਿਫਟ ਵਾਲਾ ਬੰਦਾ ਆ ਕੇ ਫੇਰ ਉਸਨੇ ਹੁਣ ਆਪਣੇ এমਪਲਾਇਰ ਨੂੰ ਆਪਣੇ ਮਾਲਕ ਨੂੰ ਦਾਬ ਜਰਾ ਕੁਝ ਕਹਿ ਨਹੀਂ ਸਕਦਾਤਾ ਉਹਨੇ ਆ ਕੇ ਲਿਫਟ ਮੈਨ ਤੇ ਗੁੱਸਾ ਛਾੜਤਾ ਮਿਸ ਬਿਹੇਵ ਕੀਤਾ ਉਹਦੇ ਨਾਲ ਲਿਫਟ ਮੈਨ ਨੇ ਆਪਣਾ ਸਾਰਾ ਜਿਹੜਾ ਗੁੱਸਾ ਸੀ ਉਹ ਉਸ ਜਿਹੜਾ ਇਨ ਪਰਸਨ ਸੀ ਜੋ ਕਿ ਆਫਿਸ ਚ ਕੰਮ ਕਰਦਾ ਸੀ ਜਿਸ ਦੇ ਕਿ EMPLOYEER ਨੇ ਉਸ ਨੂੰ ਗੁੱਡ ਮਾਰਨਿੰਗ ਦਾ ਜਵਾਬ ਨਹੀਂ ਸੀ ਦਿੱਤਾ ਉਸ ਤੇ ਝਾੜਤਾ ਉਸ ਨੂੰ ਉੱਠਾ ਕੇ ਬਾਹਰ ਮਾਰਿਆ ਤਾਂ ਇਸ ਤਰ੍ਹਾਂ ਇਹ ਬੱਚਿਓ ਚੇਨ ਰਿਐਕਸ਼ਨ ਚੱਲੀ ਇਹ ਸਾਰੀ ਆਪਾਈਥੇ ਡਿਸਕ੍ਰਾਈਬ ਕੀਤੀ ਹੈ ਨੈਕਸਟ ਕੁਐਸਚਨ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਬੱਚਿਓ ਕਿ ਵਾਟ ਇਜ਼ ਦਾ ਫਰਸਟ ਰਿਕੁਆਇਰਮੈਂਟ ਆਫ ਸਿਵਿਲਿਟੀ ਉਹਨ ਸਿਵਿਲਿਟੀ ਸ਼ਬਦ ਬੱਚਿਓ ਐਸੇ ਜੀ ਬਾਰ-ਬਾਰ ਆਇਆ ਆਪਾਈਸ ਦਾ ਬਾਰ-ਬਾਰ ਮਤਲਬ ਪੜ੍ਹਿਆ ਦਾ ਮਤਲਬ ਹੁੰਦਾ ਬੱਚਿਓ ਗੁੱਡ ਬਿਹੇਵੀਅਰ ਤਾਂ ਜਿਹੜਾ ਗੁੱਡ ਬਿਹੇਵੀਅਰ ਦੀ ਪਹਿਲੀ ਰਿਕੁਆਇਰਮੈਂਟ ਸਿਵਿਲਿਟੀ ਦੀ ਫਰਸਟ ਰਿਕੁਆਇਰਮੈਂਟ ਕੀ ਹੈ ਪਹਿਲੀ ਰਿਕੁਆਇਰਮੈਂਟ ਇਹ ਹੈ ਬੱਚਿਓ ਕਿ ਸਾਨੂੰ ਕੋਈ ਵੀ ਸਾਡੇ ਲਈ ਕੋਈ ਕੰਮ ਕਰਦਾ ਹੈ ਸਾਡਾ ਆਪਣਾ ਕੋਈ ਕੰਮ ਕਰਦਾ ਹੈ ਤਾਂ ਸਾਨੂੰ ਉਸ ਨੂੰ ਇਕਨੋਲਜ ਕਰਨਾ ਚਾਹੀਦਾ ਹੈ ਦਾ ਫਰਸਟ ਰਿਕੁਆਇਰਮੈਂਟ ਆਫ ਸਿਵਿਲਿਟੀ ਇਜ਼ ਥੈਟ ਵੀ ਸ਼ੁੱਡ acknowledge a service service ਦਾ ਮਤਲਬ ਸਾਡਾ ਕਿਸੇ ਨੇ ਮੰਨ ਲਓ ਕੋਈ ਕੰਮ ਕਰਤਾ ਕੋਈ ਕਿਸੇ ਤਰ੍ਹਾਂ ਦਾ ਵੀ ਕੰਮ ਹੋ ਸਕਦਾ ਹੈ ਤਾਂ ਸਾਨੂੰ ਉਸ ਨੂੰ ਐਕਨੋਲਡਜ ਕਰਨਾ ਚਾਹੀਦਾ ਐਕਨੋਲਡਜ ਦਾ ਮਤਲਬ ਸਾਨੂੰ ਉਸ ਦਾ ਮੂਲ ਪਾਣਾ ਚਾਹੀਦਾ ਸਾਨੂੰ ਥੈਂਕਸ ਕਹਿਣਾ ਚਾਹੀਦਾ ਹੈ ਜਾਂ ਜੇ ਸਾਨੂੰ ਕਿਸੇ ਤੋਂ ਕੰਮ ਕਰਾਣਾ ਹੈ ਸਾਨੂੰ ਪਲੀਜ਼ ਕਹਿਣਾ ਚਾਹੀਦਾ ਤਾਂ ਇਹ ਸਾਡੀ ਸਿਵਿਲਿਟੀ ਦੀ ਪਹਿਲੀ ਰਿਕੁਆਇਰਮੈਂਟ ਹੈ ਨੈਕਸਟ ਕੁਐਸਚਨ ਵਟ ਸਰਵਸ ਐਜ਼ ਲिटल ਕਰਟਸੀਜ਼ ਇਨ आवर ਲਾਈਫ ਸਾਡੀ ਜ਼ਿੰਦਗੀ ਦੇ ਵਿੱਚ ਛੋਟੀਆਂ-ਛੋਟੀਆਂ ਜਿਹੜੀਆਂ ਕਰਟਿਸੀਜ਼ ਨੇ ਕਰਟਿਸੀਜ਼ ਮਤਲਬ ਉਹ ਹੀ ਚੰਗੇ ਵਿਵਹਾਰ ਚੰਗੀਆਂ ਆਦਤਾਂ ਉਹ ਕਿਹੜੀਆਂ ਕਿਹੜੀਆਂ ਨੇ ਇਹ ਪੁੱਛਿਆ ਗਿਆ ਵੀ ਲਿਟਲ ਕਰਟਿਸੀਜ਼ ਕਿਹੜੀਆਂ ਨੇ ਸਾਡੀ ਲਾਈਫ 'ਚ ਇਹ ਵੀ ਬੜਾ ਇੰਪੋਰਟੈਂਟ ਕੁਐਸਚਨ ਹੈ ਬੱਚੋ ਪੇਪਰ 'ਚ ਆ ਜਾਂਦਾ ਹੈ ਬੜਾ ਸਿੰਪਲ ਆਨਸਰ ਹੈ ਦਾ ਕਿ ਦਾ ਵਰਡਸ ਲਾਈਕ ਪਲੀਜ਼ ਐਂਡ ਥੈਂਕ ਯੂ ਆਰ ਦਾ ਲਿਟਲ ਕਰਟਸੀਜ਼ ਇਨ आवर ਲਾਈਫ ਸਾਡੀ ਜ਼ਿੰਦਗੀ ਦੇ ਵਿੱਚ ਲਿਟਲ ਕਰਟਸੀਜ਼ ਛੋਟੀਆਂ ਛੋਟੀਆਂ ਚੰਗੀਆਂ ਗੱਲਾਂ ਕਿਹੜੀਆਂ ਨੇ ਜਦ ਅਸੀਂ ਇਹ ਵਾਲੇ ਵਰਡਸ ਕਹਿੰਦੇ ਆ ਪਲੀਜ਼ ਐਂਡ ਥੈਂਕ ਯੂ ਬੱਚਿਓ ਇਹ ਸਾਰਿਆਂ ਨੂੰ ਕਹਿਣਾ ਆਂਦਾ ਹੈ ਪਲੀਜ਼ ਵੀ ਕਹਿਣਾ ਆਂਦਾ ਹੈ ਥੈਂਕ ਯੂ ਵੀ ਕਹਿਣਾ ਆਂਦਾ ਹੈ ਲੇਕਿਨ ਯੂਜ਼ ਨਹੀਂ ਕਰਨਾ ਆਂਦਾ ਤਾਂ ਸਾਨੂੰ ਯੂਜ਼ ਕਰਨਾ ਸਿੱਖਣਾ ਚਾਹੀਦਾ ਸਾਨੂੰ ਇਹਨੂੰ ਦੇਖਣਾ ਚਾਹੀਦਾ ਹੈ ਕਿ ਅਸੀਂ ਇਸ ਨੂੰ ਕਿਵੇਂ ਕਿਸ ਤਰ੍ਹਾਂ ਪਲਾਈਟ ਵੇ ਦੇ ਨਾਲ ਇਹਨੂੰ ਯੂਜ਼ ਕਰਨਾ ਹੈ ਸਿਰਫ ਕਹਿਣਾ ਹੀ ਨਹੀਂ ਹੈ ਅਸੀਂ ਇਸ ਨੂੰ ਯੂਜ਼ ਕਰਨਾ ਸਿੱਖਣਾ ਹੈ ਤਾਂ ਇਹ ਵਰਡਸ ਜਿਹੜੇ ਪਲੀਜ਼ ਤੇ ਥੈਂਕ ਯੂ ਨੇ ਸਾਡੀ ਲਿਟਲ ਕਰਟਿਸਿਸ ਨੇ ਜ਼ਿੰਦਗੀ ਦੇ ਵਿੱਚ ਨੈਕਸਟ ਕੁਐਸਚਨ ਹੈ ਕਿ ਵਾਟ ਡਸ ਅ ਕੰਡਕਟਰ ਇਨ ਦਾ ਬੱਸ ਜਨੂਅਲੀ ਥਿੰਕ ਅਬਾਊਟ ਦਾ ਪੈਸੇਂਜਰਸ ਐਸੇ ਦੇ ਵਿੱਚ ਸਾਨੂੰ ਇਹ ਜੀ ਗਾਰਡੀਨਰ ਦੱਸਦੇ ਨੇ ਕਿ ਆਮ ਤੌਰ ਤੇ ਜਿਹੜੇ ਕੰਡਕਟਰ ਹੁੰਦੇ ਨੇ ਉਹ ਪੈਸੇਂਜਰਸ ਨੂੰ ਆਪਣਾ ਦੋਸਤ ਨਹੀਂ ਸਮਝਦੇ ਉਹ ਕਹਿੰਦੇ ਨੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਆਪਣੇ ਐਨੀਮੀ ਸਮਝਦੇ ਨੇ ਉਹ ਇਸ ਤਰ੍ਹਾਂ ਕੰਡਕਟਰ ਸਮਝਦਾ ਹੈ ਕਿ ਜਿਹੜਾ ਪੈਸੇਂਜਰ ਹੈ ਇਹ ਮੈਨੂੰ ਠੱਗਣ ਨੂੰ ਆਇਆ ਹੈ ਮੈਨੂੰ ਧੋਖਾ ਦੇਣ ਨੂੰ ਆਇਆ ਹੈ ਤਾਂ ਇਹੀ ਆਨਸਰ ਆਪਾਂ ਬੱਚਿਓ ਲਿਖਿਆ ਹੈ ਕੁਐਸਚਨ ਹੀ ਪੁੱਛਿਆ ਗਿਆ ਹੈ ਕਿ ਜਿਹੜਾ ਇੱਕ ਕੰਡਕਟਰ ਹੈ ਜਿਹੜੇ ਬਸਾਂ ਦੇ ਵਿੱਚ ਕੰਮ ਕਰਦੇ ਨੇ ਉਹ ਆਮ ਤੌਰ ਤੇ ਪੈਸੇਂਜਰਜ਼ ਬਾਰੇ ਕੀ ਸੋਚਦੇ ਨੇ ਯਾਤਰੀਆਂ ਬਾਰੇ ਕੀ ਸੋਚਦੇ ਨੇ ਆ ਕੰਡਕਟਰ ਇਨ ਦਾ ਬੱਸ ਜਨਰਲੀ ਕਨਸੀਡਰਸ ਦਾ ਪੈਸੇਂਜਰ ਐਸ ਹਿਸ ਨੇਚਰਲ ਐਨਮੀ ਨੇਚਰਲ ਐਨਮੀ ਦਾ ਮਤਲਬ ਹੁੰਦਾ ਬੱਚਿਓ ਜਨਮ ਜਾਤ ਸ਼ਤਰੂ ਪੈਸੇਂਜਰ ਯਾਤਰੀ ਇਸ ਤਰ੍ਹਾਂ ਬਸ ਦੇ ਵੀ ਜਿਹੜਾ ਕੰਡਕਟਰ ਹੈ ਉਹ ਆਮ ਤੌਰ ਤੇ ਜਨਰਲੀ ਆਮ ਤੌਰ ਤੇ ਮੰਨਦਾ ਹੈ ਪੈਸੇਂਜਰ ਨੂੰ ਯਾਤਰੀ ਨੂੰ ਆਪਣਾ ਜਨਮ ਜਨ ਸ਼ਤਰੂ ਮੰਨਦਾ ਮਤਲਬ ਆਪਣਾ ਨੇਚੁਰਲ ਐਨੀਮੀ ਬਣਦਾ ਹੈ ਕਿ ਇਹ ਮੈਨੂੰ ਧੋਖਾ ਦੇਣ ਨੂੰ ਆਇਆ ਹੈ ਇਹ ਮਤਲਬ ਫੀਲਿੰਗ ਰਹਿੰਦੀ ਹੈ ਕੰਡਕਟਰ ਦੇ ਮਨ ਚ ਸੈਵਨਥ ਕੁਐਸਚਨ ਹੈ ਜੀ ਕਿ ਵਾਈ ਵਾਸ ਦਾ ਨਰੇਟਰ ਅਨਾਈਡ ਐਟ ਹਿਮਸੈਲਫ ਇਨ ਦਾ ਬੱਸ ਉਹਨੇ ਕਿੰਸੀਡੈਂਟ ਦਾ ਜ਼ਿਕਰ ਕਰਦਾ ਹੈ ਜੀ ਗਾਰਡਨਰ ਜਦੋਂ ਬਸ ਜਾਣ ਲੱਗ ਜਾਂਦਾ ਹੈ ਬਸ ਬੋਰਡਿੰਗ ਕਰਦਾ ਹੈ ਤਾਂ ਉਸ ਦੇ ਵਿੱਚ ਬੈਠ ਕੇ ਜਦੋਂ ਟਿਕਟ ਲੈਣ ਲੱਗਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਅੱਜ ਤਾਂ ਪਰਸੋਂ ਘਰੇ ਭੁੱਲ ਆਇਆ ਤਾਂ ਫਿਰ ਉਹ ਐਨਾਈਡ ਹੋ ਜਾਂਦਾ ਹੈ ਐਨਾਈਡ ਦਾ ਮਤਲਬ ਹੁੰਦਾ ਹੈ ਉਲਝੇ ਜਾਣਾ ਗੁੱਸੇਜੇ ਹੋ ਜਾਣਾ ਆਪਣੇ ਦੇ ਨਾਲ ਨਰੇਟਰ ਦਾ ਮਤਲਬ ਇੱਥੇ ਬੱਚਿਓ ਐਸੇ ਰਾਈਟਰ ਨੂੰ ਕਿਹਾ ਗਿਆ ਹੈ ਜੀ ਗਾਰਡਨਰ ਨੂੰ ਤਾਂ ਐਸੀ ਗਾਰਡਨਰ ਆਪਣੇ ਆਪ ਨਾਲ ਕਿਉਂ ਚਿੜਜੇ ਜਾਂਦੇ ਨੇ ਐਨਾਈਡ ਦਾ ਮਤਲਬ ਚਿੜਜੇ ਜਾਣਾ ਬਸ ਦੇ ਵਿੱਚ ਤਾਂ ਤੁਹਾਨੂੰ ਪਤਾ ਬੱਚਿਓ ਕਿ ਜਿਸ ਟਾਈਮ ਉਹ ਬਸ ਦੇ ਵਿੱਚ ਚੜਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਮੇਰੇ ਕੋਲ ਤਾਂ ਪੈਸੇ ਹੀ ਨਹੀਂ ਤਾਂ ਬਾਰ-ਬਾਰ ਆਪਣੀ ਪਾਕਟ ਸਰਚ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲਦਾ ਤਾਂ ਉਹਦਾ ਆਨਸਰ ਇਹ ਹੈ ਜੀ ਹੀ ਵਾਸ ਅਨਾਈਡ ਉਹ ਚਿੜਜੇ ਗਿਆ ਆਪਣੇ ਨਾਲ ਬਿਕੋਜ਼ ਕਿਉਂਕਿ ਉਸਨੂੰ ਪਤਾ ਲੱਗਿਆ ਹੀ ਫਾਊਂਡ ਥੈਟ ਹੀ ਹੈਡ ਨੋ ਮਨੀ ਇਨ ਹਿਸ ਪਾਕਟ ਕਿਉਂਕਿ ਜੇਬ ਚ ਤਾਂ ਕੋਈ ਪੈਸਾ ਹੀ ਨਹੀਂ ਸੀ ਇਸ ਕਰਕੇ ਉਹ ਅਨਾਈਡ ਹੋ ਗਿਆ ਸੀ ਨੈਕਸਟ ਕੁਐਸਚਨ ਹੈ ਜੀ ਕਿ ਡਿਸਕ੍ਰਾਈਬ ਦਾ ਗਲੋ ਆਫ ਪਲੇਜ਼ਰ दैट द ਨਰੇਟਰ ਐਕਸਪੀਰੀਂਸਡ ਹੁਣ ਆਤੇ ਬੱਚੋ ਗਲੋ ਆਫ ਪਲੇਜ਼ਰ ਨੂੰ ਸਮਝਣ ਦੀ ਲੋੜ ਹੈ ਮੈਂ ਤੁਹਾਨੂੰ ਐਸੇ ਦੇ ਵਿੱਚ ਵੀ ਚੰਗੀ ਤਰ੍ਹਾਂ ਸਮਝਾਇਆ ਸੀ ਕਿ ਜਦੋਂ ਉਹ ਨੂੰ ਪਤਾ ਲੱਗਦਾ ਕਿ ਉਸ ਕੋਲ ਪੈਸਾ ਹੈ ਨਹੀਂ ਲੇਕਿਨ ਫਿਰ ਵੀ ਕੰਡਕਟਰ ਉਸ ਨੂੰ ਟਿਕਟ ਦੇ ਦਿੰਦਾ ਹੈ ਉਹ ਬੜਾ ਖੁਸ਼ ਹੁੰਦਾ ਹੈ ਫਿਰ ਉਹ ਆਪਣੀਆਂ ਪੌਕੇਟ ਇੱਕ ਵਾਰੀ ਸਰਚ ਕਰਦਾ ਹੈ ਤਾਂ ਉਸ ਨੂੰ ਇੱਕ ਸ਼ੀਲਿੰਗ ਲੱਭ ਜਾਂਦਾ ਹੈ ਉਹ ਫਿਰ ਉਹ ਸ਼ੀਲਿੰਗ ਦੇ ਕੇ ਆਪਣਾ ਕਿਰਾਇਆ ਦੇ ਦਿੰਦਾ ਹੈ ਕੰਡਕਟਰ ਨੂੰ ਪਰ ਕਿਰਾਇਆ ਤਾਂ ਜ਼ਰੂਰ ਦੇ ਦਿੰਦਾ ਹੈ ਅਕਾਊਂਟ ਤਾਂ ਸੈਟਲ ਹੋ ਜਾਂਦਾ ਹੈ ਪਰ ਉਸ ਦਾ ਜਿਹੜਾ ਪਰ ਸੰਤਾਂ ਮਿਲਦੀ ਹੈ ਇਸ ਕੰਡਕਟਰ ਦੇ ਗੁੱਡ ਬਿਹੇਵੀਅਰ ਨਾਲ ਰਾਈਟਰ ਨੂੰ ਉਹ ਨਹੀਂ ਪਰਸੰਤਾ ਖਤਮ ਹੁੰਦੀ ਉਸ ਦੇ ਚਿਹਰੇ ਤੇ ਉਵੇਂ ਹੀ ਬਣੀ ਰਹਿੰਦੀ ਹੈ ਤਾਂ ਉਸ ਬਾਰੇ ਪੁੱਛਿਆ ਗਿਆ ਕਿ ਉਹ ਜਿਹੜਾ ਗਲੋਫ ਪਲੇਜ਼ਰ ਉਸ ਦੇ ਚਿਹਰੇ ਤੇ ਆਇਆ ਉਸ ਦੇ ਬਾਰੇ ਡਿਸਕ੍ਰਾਈਬ ਕਰੋ ਜੋ ਜੋ ਐਸੇ ਰਾਈਟਰ ਨੂੰ ਐਕਸਪੀਰੀਐਂਸਡ ਹੋਇਆ ਤਾਂ ਆਨਸਰ ਹੈ ਜੀ ਬੱਚਿਓ ਇਹਦਾ ਦਾ ਨਰੇਟਰ ਹੈਡ ਨੋ ਮਨੀ ਟੂ ਬਾਈ ਦਾ ਟਿਕਟਸ ਨੂੰ ਪਤਾ ਹੈ ਉਸ ਕੋਲ ਕੋਈ ਪੈਸਾ ਹੀ ਨਹੀਂ ਸੀਗਾ ਟਿਕਟ ਲੈਣ ਦੇ ਲਈ ਬਟ ਦਾ ਕੰਡਕਕਟਰ ਗੇਵ ਹਿਮ ਦਾ ਟਿਕਟ ਵਿਦਆਉਟ ਦਾ ਮਨੀ ਬਿਨਾ ਪੈਸੇ ਤੋਂ ਕੰਡਕਟਰ ਨੇ ਉਸ ਨੂੰ ਠੀਕ ਹੈ ਦੇਤੀ ਇਟ ਬ੍ਰੌਟ ਦਾ ਗਲੋ ਆਫ ਪਲੇਜ਼ਰ ਇਟ ਦਾ ਮਤਲਬ ਹੈ ਇੱਥੇ ਬੱਚਿਓ ਇਸ ਗੱਲ ਨੇ ਕਿਹੜੀ ਗੱਲ ਨੇ ਕੰਡਕਟਰ ਦੇ ਗੁੱਡ ਬਿਹੇਵੀਅਰ ਨੇ ਤਾਂ ਉਸ ਨੇ ਉਸ ਦੇ ਜੋ ਪ੍ਰਸੰਤਾ ਉਸ ਨੂੰ ਮਿਲੀ ਮਤਲਬ ਇਸ ਗੱਲ ਦੇ ਕਰਕੇ ਮਿਲੀ ਸੀ ਥੈਟ ਦਾ ਨਰੇਟਰ ਐਕਸਪੀਰੀਅੰਸ ਜਿਸ ਨੂੰ ਕੇ ਸਾਡੇ ਐਸੇ ਰਾਈਟਰ ਨੇ ਅਨੁਭਵ ਕੀਤਾ ਸੀ ਤਾਂ ਨੈਕਸਟ ਕੁਐਸਚਨ ਹੈ ਜੀ ਨਾਇੰਥ ਕੁਐਸਚਨ ਕਿ ਵਟਵਰ ਦਾ ਗੁੱਡ ਕੁਆਲਟੀਜ਼ ਆਫ ਦਾ ਕੰਡਕਟਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਬੱਚਿਓ ਤੇ ਇਹ ਜਿਹੜੀਆਂ ਲਾਈਨਸ ਨੇ ਤੁਸੀਂ ਆਪਣੇ ਵੱਡੇ ਕੁਐਸਚਨ ਚ ਵੀ ਲਿਖ ਸਕਦੇ ਹੋ ਕੰਡਕਟਰ ਦੀਆਂ ਗੁੱਡ ਕੁਆਲਟੀਜ਼ ਕਿਹੜੀਆਂ-ਕਿਹੜੀਆਂ ਸੀ ਤਾਂ ਪੂਰਾ ਪੈਰਾ ਬੱਚਿਓ ਜੇ ਤੁਸੀ ਯਾਦ ਹੋਵੇ ਤੁਹਾਨੂੰ ਪੂਰਾ ਇੱਕ ਪੈਰਾਗ੍ਰਾਫ ਕੰਡਕਟਰ ਦੇ ਗੁੱਡ ਬਿਹੇਵੀਅਰ ਤੇ ਜੀ ਗਾਰਡਨਰ ਲਿਖਿਆ ਉਸਨੇ ਲਿਖਿਆ ਹੈ ਕਿ ਕਿਸ ਤਰ੍ਹਾਂ ਉਹ ਜਿਹੜੇ ਏਜਡ ਬੰਦੇ ਨੇ ਬਜ਼ੁਰਗ ਬੰਦੇ ਨੇ ਉਹਨਾਂ ਨੂੰ ਆਪ ਹੱਥ ਫੜ ਕੇ ਰੋਡ ਕ੍ਰੋਸ ਕਰਾਂਦਾ ਸੀ ਛੋਟੇ ਬੱਚਿਆਂ ਦੇ ਨਾਲ ਉਸ ਉਹ ਤੇਰਾ ਕਿੰਨਾ ਵਧੀਆ ਹੁੰਦਾ ਸੀ ਯੰਗ ਪੀਪਲ ਨਾਲ ਤਾਂ ਹੱਸਮਖੋਲ ਵੀ ਕਰਦਾ ਹੁੰਦਾ ਸੀ ਤਾਂ ਕਿੰਨਾ ਵਧੀਆ ਉਸ ਬਾਰੇ ਗੱਲਾਂ ਇਹ ਜੀ ਗਾਰਡੀਨਰ ਨੇ ਲਿਖਿਆ ਨੇ ਤਾਂ ਅਸੀਂ ਉੱਥੋਂ ਹੀ ਇਹ ਲਾਈਨਾਂ ਲਈਆਂ ਕਿ ਹੀ ਵਾਸ ਵੈਰੀ ਚੀਅਰਫੁਲ ਹਮੇਸ਼ਾ ਖੁਸ਼ ਰਹਿੰਦਾ ਸੀ ਚੀਅਰਫੁਲ ਖੁਸ਼ ਰਹਿੰਦਾ ਸੀ ਐਂਡ ਗੁੱਡ ਨੇਚਰਡ ਮੈਨ ਅਤੇ ਬਹੁਤ ਹੀ ਚੰਗੇ ਸੁਭਾਅ ਵਾਲਾ ਪਰਸਨ ਸੀ ਉਹ ਹੀ ਵਾਸ ਫੁੱਲ ਆਫ ਪੇਸ਼ੈਂਸ ਇਹ ਲਾਈਨ ਤੁਹਾਨੂੰ ਯਾਦ ਹੋਣੀ ਬੱਚਿਓ ਕਿ ਉਹ ਸਬਰ ਸੰਤੋਖ ਨਾਲ ਭਰਿਆ ਹੋਇਆ ਸੀ ਪੂਰੀ ਤਰ੍ਹਾਂ ਸਵਨਲ ਪਰਿਆ ਹੋਇਆ ਸੀ ਐਂਡ ਹੈਵ ਹੈਲਪਫੁਲ ਟੂ ਦਾ ਪੈਸੰਜਰਸ ਅਤੇ ਯਾਤਰੀਆਂ ਦੇ ਨਾਲ ਹਮੇਸ਼ਾ ਹੈਲਪਫੁਲ ਰਹਿੰਦਾ ਸੀ ਉਹਨਾਂ ਦੀ ਮਦਦ ਕਰਦਾ ਸੀ ਲਾਸਟ ਕੁਐਸਚਨ ਹੈ ਜੀ ਹਾਊ ਕੁਡ ਹੈਵ ਦਾ ਲਿਫਟ ਮੈਨ ਅਵੋਇਡਡ ਦਾ ਟ੍ਰਾਵਲ ਬਿਲਕੁਲ ਲਾਸਟ ਵਾਲੇ ਪੈਰੇ ਦੇ ਵਿੱਚ ਸਾਡਾ ਜੋ ਐਸਏ ਦਾ ਹੈ ਉਸ ਦੇ ਵਿੱਚ ਜੀ ਗਾਰਡਨਰ ਨੇ ਦੱਸਿਆ ਸੀ ਕਿ ਲਿਫਟ ਮੈਨ ਜਿਹੜਾ ਹੈ ਉਹ ਕਿਸ ਤਰ੍ਹਾਂ ਆਪਣੀ ਜੋ ਉਸਨੇ ਟ੍ਰਬਲ ਪਾਲਿਸੀ ਆਪਣੇ ਇੱਕ ਮੁਸੀਬਤ ਮੂਹ ਲੈ ਲਈ ਸੀ ਤੁਹਾਨੂੰ ਪਤਾ ਹੈ ਕਿਉਂਕਿ ਉਸਨੇ ਉਸ ਪਰਸਨ ਨੂੰ ਟਾਪ ਪਲੀਜ਼ ਨਾ ਕਹਿਣ ਤੇ ਲਿਫਟ ਤੋਂ ਬਾਹਰ ਮਾਰਿਆ ਸੀ ਚਾਕੇ ਉਸ ਨੂੰ ਫਾਈਨ ਵੀ ਹੋਇਆ ਸੀ ਤਾਂ ਉਹ ਇਹ ਜਿਹੜੀ ਟ੍ਰਬਲ ਉਸ ਨੂੰ ਆਈ ਇਹ ਮੁਸੀਬਤ ਜਿਹੜੀ ਉਹਨੂੰ ਚੱਲਣੀ ਪਈ ਉਹ ਕਿਸ ਤਰ੍ਹਾਂ ਇਸ ਮੁਸੀਬਤ ਨੂੰ ਐਵੋਇਡ ਕਰ ਸਕਦਾ ਸੀ ਕਿਸ ਤਰ੍ਹਾਂ ਇਸ ਤੋਂ ਬਚ ਸਕਦਾ ਸੀ सिंपल गर्ल एंड ਦੇ ਵਿੱਚ ਏਜੀ ਗਾਰਡੀਨਰ ਨੇ ਦੱਸੀ ਹੈ ਸਾਨੂੰ ਇੱਕ ਐਗਜ਼ਾਮਪਲ ਵੀ ਤੁਹਾਨੂੰ ਯਾਦ ਹੋਣਾ ਲਾਰਡ ਚੈਂਬਰਫੀਲਡ ਦੀ ਐਗਜ਼ਾਮਪਲ ਦੇ ਕੇ ਉਹਨਾਂ ਨੇ ਦੱਸਿਆ ਸੀ ਲੰਡਨ ਦੀ ਸਟਰੀਟ ਤੇ ਕਿ ਹੀ ਕੁਡ ਹੈਵ ਅਵੋਇਡਡ ਇਟ ਉਹ ਇਸ ਤੋਂ ਬਚ ਸਕਦਾ ਸੀ ਬਾਏ ਬੀਇੰਗ ਪੋਲਾਈਟ ਟੂ ਦਾ ਪੈਸੇਂਜਰ ਬੱਚੋ ਇੱਥੇ ਟੂ ਐਡ ਕਰ ਲਿਓ ਥੋੜੀ ਟਾਈਪੋਗ੍ਰਾਫੀ ਹੋ ਗਈ ਹੀ ਕੁਡ ਹੈ ਹੀ ਕੁਡ ਹੈਵ ਅਵਾਇਡਡ ਇਟ ਬਾਈ ਬੀਇੰਗ ਪੋਲਾਈਟ ਟੂ ਦਾ ਪੈਸੇਂਜਰ ਜੇਕਰ ਉਹ ਯਾਤਰੀ ਦੇ ਨਾਲ ਪੋਲਾਈਟ ਰਹਿੰਦਾ ਨੀਮਰ ਰਹਿੰਦਾ ਤਾਂ ਫਿਰ ਉਹ ਇਸ ਮੁਸੀਬਤ ਤੋਂ ਬਚ ਸਕਦਾ ਸੀ ਉਸ ਨੂੰ ਕੋਈ ਫਾਈਨ ਨਾ ਹੁੰਦਾ ਅਤੇ ਉਸ ਨੂੰ ਵੈਸੇ ਵੀ ਜਿਹੜੀ ਦੁੱਖ ਹੋਇਆ ਮਤਲਬ ਇੱਕ ਤਰ੍ਹਾਂ ਜਦ ਆਪਾਂ ਕਿਸੇ ਨਾਲ ਲੜਦੇ ਹਾਂ ਖੁਸ਼ ਤਾਂ ਆਪਾਂ ਹੁੰਦੇ ਨਹੀਂ ਤਾਂ ਇਹ ਸਾਰੀਆਂ ਗੱਲਾਂ ਤੋਂ ਉਹ ਬਚ ਸਕਦਾ ਸੀ ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਸਾਰੇ ਜਿਹੜੇ ਕੁਐਸਚਨਸ ਨੇ ਇਹ ਸਮਝ ਆ ਗਏ ਹੋਣਗੇ ਹੁਣ ਆਪਾਂ ਆਪਣੀ ਅਗਲੀ ਟੈਕਸਟ ਵਾਲ ਐਕਸਰਸਾਈਜ਼ ਵੱਲ ਜਾਂਦੇ ਹਾਂ ਸਟੂਡੈਂਟਸ ਅਸੀਂ ਆਪਣੀ ਵੋਕੈਬਲਰੀ ਪ੍ਰੈਕਟਿਸ ਦੀ ਪਹਿਲੀ ਐਕਸਰਸਾਈਜ਼ ਕਰਨ ਜਾ ਰਹੇ ਹਾਂ ਤਾਂ ਜਿਵੇਂ ਕਿ ਤੁਹਾਨੂੰ ਸਕਰੀਨ ਤੇ ਦਿਖ ਰਹੇ ਹੈ ਕਿ ਦੋ ਕਾਲਮਸ ਤੁਹਾਨੂੰ ਬੱਚਿਓ ਦੇ ਰੱਖੇ ਨੇ ਇੱਕ ਪਾਸੇ A ਕਾਲਮ ਹੈ ਅਤੇ ਫਿਰ B ਕਾਲਮ ਦੇ ਵਿੱਚ ਵੀ ਵਰਡਸ ਨੇ ਜਿਹੜੇ A ਸਾਈਡ ਦੇ ਕਾਲਮ ਦੇ ਵਰਡਸ ਨੇ ਤੁਹਾਡੇ ਚੈਪਟਰ ਦੇ ਵਿੱਚੋਂ ਐਸੇ ਦੇ ਵਿੱਚੋਂ ਲਏ ਗਏ ਨੇ ਆਨਸੇਇੰਗ ਪਲੀਜ਼ ਚੋਂ ਤੇ 20 ਵਾਲੇ ਪਾਸੇ ਉਸ ਦੇ ਐਂਟੋਨਿਮਸ ਨੇ ਤਾਂ ਐਂਟੋਨਿਮਸ ਦਾ ਮਤਲਬ ਬੱਚੇ ਤੁਹਾਨੂੰ ਪਤਾ ਹੁੰਦਾ ਹੈ ਉਲਟ ਭਾਵੀ ਸ਼ਬਦ ਜਿਸ ਨੂੰ ਤੁਸੀਂ ਵਿਰੋਧੀ ਸ਼ਬਦ ਵੀ ਪੰਜਾਬੀ ਚ ਕਹਿੰਦੇ ਹੋ ਤਾਂ ਇਹ ਗੱਲ ਬੱਚੇ ਜ਼ਰੂਰ ਚੈੱਕ ਕਰ ਲਿਆ ਕਰੋ ਕਿ ਇਹ ਸਿਨੋਨਿਮਸ ਨੇ ਜਾਂ ਐਂਟੋਨਿਮਸ ਨੇ ਸਿਨੋਨਿਮਸ ਸਮਾਨ ਭਾਵੀ ਸ਼ਬਦ ਹੁੰਦੇ ਨੇ ਤੇ ਐਂਟੋਨਿਮਸ ਉਲਟ ਭਾਵੀ ਸ਼ਬਦ ਹੁੰਦੇ ਨੇ ਤਾਂ ਇਸ ਨੂੰ ਧਿਆਨ ਚ ਰੱਖਦੇ ਹੋਏ ਤੁਸੀਂ ਇੱਕ ਵਾਰ ਉੱਪਰ ਚੰਗੀ ਤਰ੍ਹਾਂ ਦੇਖ ਕੇ ਫਿਰ ਤੁਸੀਂ ਆਨਸਰ ਦੇਣੇ ਆ ਤਾਂ ਅਸੀਂ ਇਸ ਨੂੰ ਸੋਲਵ ਕਰਦੇ ਹਾਂ ਸਭ ਤੋਂ ਪਹਿਲਾ ਵਰਡ ਹੈ ਬੈਨੀਫੀਸ਼ੀਅਲ ਬੈਨੀਫੀਸ਼ੀਅਲ ਬੱਚੇ ਲਾਭਕਾਰੀ ਜੋ ਚੀਜ਼ ਸਾਡੇ ਲਈ ਲਾਭਕਾਰੀ ਹੁੰਦੀ ਹੈ ਉਸ ਨੂੰ ਬੈਨੀਫੀਸ਼ੀਅਲ ਕਹਿੰਦੇ ਆ ਤੇ ਇਸ ਦਾ ਉਲਟ ਹੁੰਦਾ ਹੈ ਡੈਟ੍ਰੀਮੈਂਟਲ ਡੈਟ੍ਰੀਮੈਂਟਲ ਜੋ ਸਾਡੇ ਲਈ ਹਾਨੀਕਾਰਕ ਹੁੰਦੀ ਹੈ ਤਾਂ ਅਸੀਂ ਇਸ ਦਾ ਆਨਸਰ ਸਹੀ ਕਰਕੇ ਇੱਥੇ ਲਿਖ ਦਿੰਨੇ ਆ ਡੈਟ੍ਰੀਮੈਂਟਲ ਸਿਮਿਲਰ ਇਕੋ ਵਰਗੇ ਅ ਡਿਫਰੈਂਟ ਬੜਾ ਸਿੰਪਲ ਜਿਹਾ ਵਰਡ ਹੈ ਅਲੱਗ-ਅਲੱਗ ਤਾਂ ਅਸੀਂ ਸਿਮਿਲਰ ਦਾ ਉਲਟ ਲਿਖਦੇ ਆ ਜੀ ਡਿਫਰੈਂਟ ਤੀਸਰਾ ਵਰਡ ਹੈ ਜੀ ਮੈਜੋਰਿਟੀ ਮੈਜੋਰਿਟੀ ਦੇ ਵਿੱਚ ਤੁਹਾਨੂੰ ਪਤਾ ਹੈ ਜਦੋਂ ਬਹੁਤ ਸਾਰੇ ਬਹੁਮਤ ਹੁੰਦਾ ਹੈ ਕਿਸੇ ਚੀਜ਼ ਦਾ ਜਾਂ ਜ਼ਿਆਦਾਤਰ ਜ਼ਿਆਦਾ ਲੋਕਾਂ ਨੂੰ ਕਿਹਾ ਜਾਂਦਾ ਉਹਨੂੰ ਮੈਜੋਰਿਟੀ ਕਹਿੰਦੇ ਆ ਲੇਕਿਨ ਜਦੋਂ ਘੱਟ ਹੁੰਦੇ ਆ ਤਾਂ ਉਹਨੂੰ ਅਸੀਂ ਮਾਈਨੋਰਿਟੀ ਕਹਿੰਨੇ ਆ ਬੱਚਿਓ ਤਾਂ ਇਹਦਾ ਅਸੀਂ ਉਲਟ ਸ਼ਬਦ ਲਿਖ ਦਿੰਨੇ ਆ ਮਾਈਨੋਰਿਟੀ ਸਪੈਸੀਫਿਕ ਕਾਸ ਕਿਸੇ ਖਾਸ ਚੀਜ਼ ਨੂੰ ਅਸੀਂ ਸਪੈਸੀਫਿਕ ਕਹਿੰਨੇ ਆ ਕੋਈ ਆਮ ਜੀ ਗੱਲ ਹੁੰਦੀ ਆ ਸੀ ਉਸਨੂੰ ਇੰਗਲਿਸ਼ ਚ ਜਨਰਲ ਕਹਿੰਨੇ ਆ ਤਾਂ ਅਸੀਂ ਇਹਦਾ ਉਲਟ ਲਿਖ ਦਿੰਨੇ ਆ ਜੀ ਜਨਰਲ ਵੈਰੀਏਬਲ ਵੈਰੀਏਬਲ ਜਿਹੜੀ ਚੀਜ਼ ਬੱਚਿਓ ਚੇਂਜ ਹੁੰਦੀ ਰਹੇ بار بار ਬਦਲੀ ਜਾਵੇ ਜਿਸ ਨੂੰ ਤੁਸੀਂ ਪੰਜਾਬੀ ਚ ਅਸਥਿਰ ਵੀ ਕਹਿ ਦਿੰਦੇ ਹੋ ਜੋ ਸਥਿਰ ਨਾ ਹੋਵੇ ਇਸ ਦਾ ਉਲਟ ਹੁੰਦਾ ਬੱਚਿਓ ਕਨਸਟੈਂਟ ਤੁਸੀਂ ਮੈਥਸ ਦੇ ਵਿੱਚ ਇਹ ਵਰਡਸ ਬੜੇ ਹੁੰਨੇ ਕਨਸਟੈਂਟ ਦਾ ਕਨਸਟੈਂਟ ਦਾ ਮਤਲਬ ਜੋ ਚੀਜ਼ ਚੇਂਜ ਨਹੀਂ ਹੁੰਦੀ ਸਥਿਰ ਹੁੰਦੀ ਹੈ ਤਾਂ ਵੈਰੀਏਬਲ ਦਾ ਉਲਟ ਹੋ ਗਿਆ ਜੀ ਕਨਸਟੈਂਟ ਡਿਸਟ੍ਰਿਬਿਊਟ ਡਿਸਟ੍ਰਿਬਿਊਟ ਵੰਡਣਾ ਕੋਈ ਚੀਜ਼ ਮੰਨ ਲਓ ਆਪਾਂ ਕਿਸੇ ਨੂੰ ਵੰਡ ਵੰਡਿਏ ਕਈ ਸਾਰੇ ਬੰਦੇ ਉਹਨਾਂ ਨੂੰ ਅਸੀਂ ਵੰਡਿਆ ਤਾਂ ਉਹਨੂੰ ਡਿਸਟ੍ਰੀਬਿਊਟ ਕਹਿੰਦੇ ਆ ਲੇਕਿਨ ਉਹੀ ਚੀਜ਼ ਅਸੀਂ ਜੇ ਉਹਨਾਂ ਤੋਂ ਲਈਏ ਸਾਰਿਆਂ ਤੋਂ ਤਾਂ ਉਸ ਦਾ ਇੰਗਲਿਸ਼ ਹੁੰਦੀ ਹੈ ਗੈਦਰ ਗੈਦਰ ਦਾ ਮਤਲਬ ਕਲੈਕਟ ਕਰਨਾ ਇਕੱਠਾ ਕਰਨਾ ਡਿਸਟ੍ਰੀਬਿਊਟ ਦਾ ਮਤਲਬ ਵੰਡਣਾ ਤਾਂ ਇਹਦਾ ਡਿਸਟ੍ਰੀਬਿਊਟ ਦਾ ਉਲਟ ਕੀ ਹੋ ਗਿਆ ਜੀ ਗੈਦਰ ਕੌਸ਼ੀਅਸ ਕੌਸ਼ੀਅਸ ਦਾ ਮਤਲਬ ਹੁੰਦਾ ਹੈ ਬੱਚਿਓ ਜਿਹੜਾ ਪੂਰੀ ਤਰ੍ਹਾਂ ਚੇਤਨ ਹੋਵੇ ਸੋਝੀ ਚ ਹੋਵੇ ਉਸ ਨੂੰ ਅਸੀਂ ਕੌਸ਼ੀਅਸ ਕਹਿੰਦੇ ਆ ਪਰ ਜਿਹਨੂੰ ਪਤਾ ਹੀ ਨਹੀਂ ਮਤਲਬ ਕਿ ਹੋ ਕੀ ਰਿਹਾ ਹੈ ਜਾਂ ਪ੍ਰਵਾਹ ਨਹੀਂ ਕਰਦਾ ਤਾਂ ਅਸੀਂ ਉਸ ਨੂੰ ਕੇਅਰਲੈਸ ਕਹਿੰਦੇ ਆ ਤਾਂ ਕੌਸ਼ੀਅਸ ਦਾ ਉਲਟ ਹੋ ਗਿਆ ਜੀ ਕੇਅਰਲੈਸ ਅਫਰਮ ਅਫਰਮ ਦਾ ਮਤਲਬ ਹੁੰਦਾ ਜੇ ਤੂੰ ਸਪੋਜ਼ ਕਰੋ ਸਾਨੂੰ ਕੋਈ ਗੱਲ ਕਹੇ ਤਾਂ ਅਸੀਂ ਉਸ ਦੀ ਹਾਂ ਚ ਹਾਂ ਮਲਾਈਏ ਤੇ ਪੱਕੇ ਤੌਰ ਤੇ ਹਾਂ ਮਲਾਈਏ ਉਸ ਨੂੰ ਅਫਰਮ ਕਹਿੰਦੇ ਆ ਲੇਕਿਨ ਜੇ ਅਸੀਂ ਉਸ ਦੀ ਗੱਲ ਨੂੰ ਮਨਾ ਕਰ ਦਈਏ ਤਾਂ ਅਸੀਂ ਉਸ ਨੂੰ ਡਿਨਾਈ ਕਹਿੰਦੇ ਆ ਤਾਂ ਇੱਥੇ ਅਫਰਮ ਦਾ ਮਤਲਬ ਹਾਂ ਕਰਨਾ ਹੋ ਗਿਆ ਡਿਨਾਈ ਦਾ ਮਤਲਬ ਨਾ ਕਰਨਾ ਹੋ ਗਿਆ ਇਹਦਾ ਉਲਟ ਹੋ ਗਿਆ ਡਿਨਾਈ ਲਾਸਟ ਵਰਡ ਹੈ ਜੀ ਐਡਮਾਇਰ ਐਡਮਾਇਰ ਦਾ ਮਤਲਬ ਹੁੰਦਾ ਕਿਸੇ ਦੀ ਪ੍ਰਸ਼ੰਸਾ ਕਰਨਾ ਕਿਸ ਦੇ ਬਾਰੇ ਚੰਗੀਆਂ ਗੱਲਾਂ ਕਹਿਣੀਆਂ ਉਸ ਨੂੰ ਅਸੀਂ ਐਡਮਾਇਰ ਕਹਿੰਦੇ ਆ ਪਰ ਜੇਕਰ ਅਸੀਂ ਉਸ ਨੂੰ ਪਸੰਦ ਨਾ ਕਰੀਏ ਤਾਂ ਉਸ ਨੂੰ ਡਿਟੈਸਟ ਕਹਿੰਦੇ ਆ ਅਸੀਂ ਉਸ ਦੇ ਬਾਰੇ ਚੰਗੇ ਵਿਚਾਰ ਨਾ ਰੱਖੀਏ ਜਾਂ ਉਸ ਨੂੰ ਪਸੰਦੀ ਨਾ ਕਰੀਏ ਤਾਂ ਡਿਟੈਸਟ ਉਸ ਨੂੰ ਅਸੀਂ ਕਹਿੰਦੇ ਆ ਡਿਟੈਸਟ ਦਾ ਐਡਮਾਇਰ ਦਾ ਉਲਟ ਹੋ ਗਿਆ ਜੀ ਡਿਟੈਸਟ ਉਮੀਦ ਹੈ ਬੱਚਿਓ ਤੁਹਾਨੂੰ ਐਕਸਰਸਾਈਜ਼ ਪੂਰੀ ਤਰ੍ਹਾਂ ਕਲੀਅਰ ਹੋ ਗਈ ਹੋ ਗਈ ਹੋਵੇਗੀ ਹੁਣ ਅਸੀਂ ਸੈਕਿੰਡ ਐਕਸਰਸਾਈਜ਼ ਕਰਦੇ ਹਾਂ ਸਟੂਡੈਂਟਸ ਵੋਕੈਬਲਰੀ ਪ੍ਰੈਕਟਿਸ ਦੇ ਅਸੀਂ ਸੈਕੰਡ ਐਕਸਰਸਾਈਜ਼ ਕਰਨ ਜਾ ਰਹੇ ਹਾਂ ਇਹ ਐਕਸਰਸਾਈਜ਼ ਤੁਸੀਂ ਪਹਿਲਾਂ ਨਹੀਂ ਕੀਤੀ ਹੋਵੇਗੀ ਨਵੀਂ ਐਕਸਰਸਾਈਜ਼ ਹੈ ਇਹਦੇ ਚ ਆਪਾਂ ਕੀ ਕਰਨਾ ਹੈ ਕਿ ਸਾਨੂੰ ਕੁਝ ਵਰਡਸ ਦਿੱਤੇ ਗਏ ਨੇ ਜਿਸ ਤਰ੍ਹਾਂ ਤੁਸੀਂ ਆ ਦੇਖ ਰਹੇ ਹੋ ਹਾਲਾਂਕਿ ਤੁਸੀਂ ਇਹ ਕਹਿੰਦੇ ਹੋਵੋਗੇ ਪਤਾ ਨਹੀਂ ਕਿਹੜੇ ਵਰਡਸ ਆ ਅਸੀਂ ਅੱਕ ਤੱਕ ਦੇਖੇ ਨਹੀਂ ਤਾਂ ਬਾਕੀ ਤੁਸੀਂ ਨਹੀਂ ਦੇਖੇ ਹੋਣਗੇ ਬਿਕੋਜ਼ ਇਹ ਵਰਡਸ ਬੱਚਿਓ ਉਲਟ ਪੁਲਟ ਕਰਕੇ ਲਿਖੇ ਗਏ ਨੇ ਇਹਨਾਂ ਵਰਡਸ ਨੂੰ ਸੀ ਅਨਸਕ੍ਰੈਂਬਲ ਕਰਨਾ ਹੈ ਅ ਅਨਸਕ੍ਰੈਂਬਲ ਦਾ ਮਤਲਬ ਹੈ ਕਿ ਇਹਨਾਂ ਵਰਡਸ ਨੂੰ ਅਸੀਂ ਸਹੀ ਤਰੀਕੇ ਨਾਲ ਤਰਤੀਬ ਦੇ ਕੇ ਲਿਖ ਕੇ ਫਿਰ ਅਸੀਂ ਇਹਦੇ ਵਿੱਚ ਭਰਨਾ ਹੈ ਜਿਹੜੇ ਸਾਨੂੰ ਬ੍ਰੈਕਟ ਦਿੱਤੇ ਹੋਏ ਨੇ ਤਾਂ ਬੱਚਿਓ ਇਹ ਜਿਹੜੀ ਐਕਸਰਸਾਈਜ਼ ਹੈ ਨਾ ਇਹ ਤਾਂ ਹੋਏਗੀ ਜੇਕਰ ਸਾਨੂੰ ਪੂਰੀ ਤਰ੍ਹਾਂ ਐਸੇ ਪੜਿਆ ਹੋਇਆ ਬਿਕੋਜ਼ ਇਹ ਵਾਲੇ ਵਰਡਸ ਜਿਹੜੇ ਨੇ ਜਿਸ ਤਰ੍ਹਾਂ ਆਹ ਵਾਲਾ ਵਰਡ ਜਾਂ ਆਹ ਵਾਲਾ ਵਰਡ ਜੋ ਅਸੀਂ ਠੀਕ ਕਰਕੇ ਬਣਾਵਾਂਗੇ ਇਹ ਵਰਡਸ ਐਸੇ ਚਾਏ ਹੋਏ ਨੇ ਤਾਂ ਜੇਕਰ ਸਾਨੂੰ ਐਸੇ ਪੜਿਆ ਹੈ ਤਾਂ ਫਿਰ ਸਾਨੂੰ ਵਰਡ ਯਾਦ ਆ ਜਾਏਗਾ ਤਾ ਬੱਚੇ ਮੈਂ ਤੁਹਾਨੂੰ ਇੱਕ ਵਾਰੀ ਫੇਰ ਅਪੀਲ ਕਰੂੰਗਾ ਕਿ ਜੇਕਰ ਤੁਸੀਂ ਮੇਰਾ ਪਿਛਲਾ ਵੀਡੀਓ ਜੋ ਮੈਂ ਆਨ ਸੇਇੰਗ ਪਲੀਜ਼ ਦਾ ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ ਤੁਹਾਨੂੰ ਸਮਝਾਇਆ ਜੇ ਤੁਸੀਂ ਨਹੀਂ ਦੇਖਿਆ ਤਾਂ ਤੁਸੀਂ ਉਹ ਜ਼ਰੂਰ ਸਾਰਾ ਐਸੇ ਸਮਝੋ ਸਮਝਣ ਤੋਂ ਬਾਅਦ ਤੁਹਾਨੂੰ ਐਕਸਰਸਾਈਜ਼ ਕਰਨੀ ਬਹੁਤ ਈਜ਼ੀ ਹੋਏਗੀ ਅਦਰਵਾਈਜ਼ ਔਖੀ ਲੱਗੇਗੀ ਮੈਂ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਇਸ ਦਾ ਲਿੰਕ ਦੇ ਦਾਂਗਾ ਤਾਂ ਤੁਸੀਂ ਉਸ ਲਿੰਕ ਤੇ ਜਾ ਕੇ ਇਹ ਜਿਹੜਾ ਐਸੇ ਹੈ ਇਸ ਨੂੰ ਜ਼ਰੂਰ ਦੇਖੋ ਅਤੇ ਸਮਝਣ ਤੋਂ ਬਾਅਦ ਤੁਸੀਂ ਐਕਸਰਸਾਈਜ਼ ਦੁਆਰਾ ਕਰੋ पहली जी खाली थान है बच्चे पहला सेंटेंस है द प्रोटेस्टिंग वर्कर्स सडनली टर्न डैश प्रोटैसटिंग का मतलब जोड़े विरोध कर रहे थे वर्कर्स प्रोटेस्ट कर रहे थे वो एकदम डैश हो गए सडनली एकदम टर्न इतने बचे आएगा वायलेंट वायलेंट शब्द जड़ा है ये तो ऐसे आया हुआ है जो तुम ध्यान देखो ई इतने पहले सी लेकिन इतने वी आया तो अभी आ सारे वर्ड ठीक करके लिखे हैं वी असी मोहरे लियाए उस तो बाद आए शब्द जरा इतने लिया इतने लियाए एल ई एन टी वर्ड्स उ ने देखो वन टू थ्री फोर फाइव सिक्स सैवन सैवन करैक्टर्स का वर्ड है सैवन करैक्टर का ही बना स लेकिन उल्ट पुलट करके लिखे हुए थी इन अनसक्रैम्बल करके ठीक करता तो वायलेंट का मतलब हों के वो अब मतलब ज़्यादा हिंसक हो गए टर्नड वायलेंट कि उन्होंने तोड़ करनी शुरू करती वर्कर्स ने ਸੈਕਿੰਡ ਸੈਂਟੈਂਸ ਹੈ ਸ਼ੀ ਗੋਟ ਸਮ ਡੈਸ਼ ਫॉर ਡੈਮੇजेस ਫ্রম ਦਾ ਗਵਰਨਮੈਂਟ ਤਾਂ ਉਸ ਨੂੰ ਸਰਕਾਰ ਤੋਂ ਆਪਣੇ ਜੋ ਉਸ ਦਾ ਨੁਕਸਾਨ ਹੋਇਆ ਡੈਮੇजेस ਹੋਏ ਉਸ ਦਾ ਸਾਨੂੰ ਉਸ ਨੂੰ ਉਸ ਲੜਕੀ ਨੂੰ ਕੁਝ ਮਿਲਿਆ ਤਾਂ ਉਹਨੇ ਵਰਡ ਬੱਚਿਓ ਡਿਕਸ਼ਨਰੀ ਚ ਨਹੀਂ ਹੈ ਬਿਕੋਜ਼ ਸਾਨੂੰ ਅਨਸਕਰੇਬਲ ਕਰਕੇ ਇਸ ਨੂੰ ਠੀਕ ਤਰ੍ਹਾਂ ਲਿਖਣਾ ਪਏਗਾ ਤਾਂ ਜੇ ਤੁਸੀਂ ਐਸੇ ਬੱਚਿਓ ਪੜ੍ਹਿਆ ਤਾਂ ਉਹਦੇ ਵਿੱਚ ਇੱਕ ਵਰਡ ਹੈ ਸੀ ਕੰਪਨਸੇਸ਼ਨ ਕੰਪਨਸੇਸ਼ਨ ਇਹ ਸ਼ਾਇਦ ਵਰਡ ਤੁਸੀਂ ਆਪਣੀ ਇੱਕ ਸਟੋਰੀ ਆਈ ਹੈ ਦਾ ਕਮਿਲਿਨ ਉਹਦੇ ਵਿੱਚ ਵੀ ਇਹ ਵਰਡ ਆਇਆ ਸੀ ਕੰਪਨਸੇਸ਼ਨ ਦਾ ਮਤਲਬ ਹਰਜਾਨਾ ਤਾਂ ਬਿਲਕੁਲ ਇਹੀ ਵਾਲੇ ਵਰਡਸ ਆਪਾਂ ਸਕ੍ਰੈਂਬਲ ਕਰਕੇ ਇਸ ਨੂੰ ਠੀਕ ਤਰ੍ਹਾਂ ਲਿਖਤਾ ਕੰਪਨਸੇਸ਼ਨ ਦਾ ਮਤਲਬ ਹੁੰਦਾ ਜੀ ਹਰਜਾਨਾ 3rd ਸੈਂਟੈਂਸ ਹੈ ਜੀ ਅ ਦਾ ਲਾ ਸ਼ੁੱਡ ਪ੍ਰੋਟੈਕਟ ਦਾ ਡੈਸ਼ ਆਫ ਦਾ ਇੰਡੀਵੀਜੂਅਲ ਲਾ ਕਾਨੂੰਨ ਨੂੰ ਆ ਜਿਹੜੇ ਸਾਡੇ ਇੰਡੀਵਿਜੂਅਲ ਕੋਈ ਵੀ ਇਨਸਾਨ ਹੈ ਉਸ ਦਾ ਡੈਸ਼ ਪ੍ਰੋਟੈਕਟ ਕਰਨੀ ਚਾਹੀਦੀ ਹੈ ਪ੍ਰੋਟੈਕਟ ਦਾ ਮਤਲਬ ਉਸ ਦੀ ਰੱਖਿਆ ਕਰਨੀ ਚਾਹੀਦੀ ਹੈ ਕਾਨੂੰਨ ਨੂੰ ਹੁਣ ਆਹ ਵਾਲੇ ਵਰਡ ਨੂੰ ਅਸੀਂ ਅੰਸ ਕ੍ਰੈਂਬਲ ਕਰਕੇ ਜੇ ਲਿਖੀਏ ਤਾਂ ਵਰਡ ਸਾਨੂੰ ਯਾਦ ਆਂਦਾ ਜੋ ਐਸੇ ਚ ਆਇਆ ਸੀ ਲਿਬਰਟੀ ਇਹ ਸ਼ੁਰੂ ਸੀ ਆਂਦਾ ਬੱਚਿਓ ਤਾਂ ਲਿਬਰਟੀ ਜਿਹੜੀ ਹੈ ਉਸ ਲਿਬਰਟੀ ਦਾ ਮਤਲਬ ਆਜ਼ਾਦੀ ਅਖੁੱਲ ਤਾਂ ਲਾ ਨੂੰ ਇੰਡੀਵਿਜੂਅਲ ਦੀ ਜੋ ਵੀ ਲਿਬਰਟੀ ਹੈ ਜੋ ਆਜ਼ਾਦੀ ਹੈ ਉਸ ਨੂੰ ਪ੍ਰੋਟੈਕਟ ਕਰਨਾ ਚਾਹੀਦਾ ਹੈ ਤਾਂ ਜੇ ਤੁਸੀਂ ਦੇਖੋ ਤਾਂ ਇਹ ਜਿਹੜੇ ਕੈਰੈਕਟਰਸ ਨੇ ਉਨੇ ਹੀ ਕੈਰੈਕਟਰ ਨੇ ਜੋ ਸਾਡੇ ਬ੍ਰੈਕਟ ਵਾਲੇ ਵਰਡ ਚ ਲਿਖੇ ਹੋਏ ਨੇ ਅਸੀਂ ਉਸ ਨੂੰ ਅਨਸਕਰੇਬਲ ਕਰਕੇ ਠੀਕ ਕਰਕੇ ਲਿਖਤਾ ਨੈਕਸਟ ਸੈਂਟੈਂਸ ਹੈ ਇਟ ਇਜ਼ ਕਾਮਨ ਡੈਸ਼ to give up your seat for elderly people ਕਹਿੰਦੇ ਇਹ ਇੱਕ ਆਮ ਜੀ ਚੰਗੀ ਗੱਲ ਹੈ ਆ ਕਾਮਨ ਹੈ ਆਮ ਹੈ ਕਿ ਅਸੀਂ ਜਿਹੜੇ ਬਜ਼ੁਰਗ ਲੋਕ ਨੇ ਉਹਨਾਂ ਲਈ ਆਪਣੀ ਸੀਟ ਛੱਡ ਦਈਏ ਮੰਨ ਲਓ ਅਸੀਂ ਬਸ ਤੇ ਜਾ ਰਹੇ ਹਾਂ ਜਾਂ ਕਿਤੇ ਵੀ ਰੇਲਵੇ ਜਾ ਰਹੇ ਹਾਂ ਤਾਂ ਅਸੀਂ ਆਪਣੀ ਸੀਟ ਐਲਡਰਲੀ ਲੋਕਾਂ ਲਈ ਛੱਡ ਦਈਏ ਬਜ਼ੁਰਗ ਲੋਕਾਂ ਲਈ ਤੇ ਇਹ ਵਰਡ ਨੂੰ ਜਦ ਅਸੀਂ ਠੀਕ ਕਰਕੇ ਲਿਖਦੇ ਹਾਂ ਤਾਂ ਇਹ ਬੱਚੋ ਵਰਡ ਕਟ ਸੀ ਬਹੁਤ ਵਾਰੀ ਤੁਸੀਂ ਇਹ ਵਰਡ ਸੁਣਿਆ ਐਸੇ ਨੂੰ ਪੜ੍ਹਦੇ ਹੋਏ ਕਟ ਸੀ ਵਰਡ ਬਣਦਾ ਤਾਂ ਇਹ ਅਸੀਂ ਇਸ ਨੂੰ ਠੀਕ ਕਰਕੇ ਲਿਖਤਾ ਨੈਕਸਟ ਸੈਂਟੈਂਸ ਹੈ ਦਾ ਕੋਰਟ ਅਪਹੈਲਡ ਦਾ ਡੈਸ਼ ਐਟ ਅਪੀਲ ਇੱਥੇ ਹੁਣੇ ਜਿਹੜਾ ਵਰਡ ਹੈ ਇਸ ਨੂੰ ਅਸੀਂ ਜੇ ਠੀਕ ਕਰਕੇ ਲਿਖਿਆ ਤਾਂ ਵਰਡਿਕਟ ਆਂਦਾ ਬੱਚਿਓ ਵਰਡਿਕਟ ਇਹ ਰਾਈਟਰ ਨੇ ਯੂਜ਼ ਕੀਤਾ ਹੈ ਵਰਡ ਕਿ ਚਾਹੇ ਅਸੀਂ ਜੋ ਵੀ ਵਰਡਿਕਟ ਦਿੱਤੀ ਗਈ ਸੀ ਕਿ ਲਿਫਟ ਮੈਨ ਦੇ ਖਿਲਾਫ ਅਸੀਂ ਉਸ ਨੂੰ ਮੰਨੀਏ ਜਾਂ ਨਾ ਮੰਨੀਏ ਬਟ ਲਾਅ ਆਪਣੀ ਤਰ੍ਹਾਂ ਤੇ ਸਹੀ ਸੀ ਉੱਥੇ ਵਰਡ ਆਇਆ ਸੀ ਦਾ ਕੋਰਟ ਅਪਹੈਲਡ ਦਾ ਵਰਡਿਕਟ ਐਟ ਅਪੀਲ ਨੈਕਸਟ ਸੈਂਟੈਂਸ ਹੈ ਸ਼ੀ ਮੈਰੀਡ ਦਾ ਬਲਾਈਂਡ ਮੈਨ ਮੋਰ ਆਊਟ ਆਫ ਡੈਸ਼ ਦੈਨ ਲਵ ਲੜਕੀ ਬਾਰੇ ਗੱਲ ਹੈ ਜੀ ਕਿ ਉਸਨੇ ਇੱਕ ਬਲਾਈਂਡ ਮੈਨ ਨਾਲ ਇੱਕ ਅੰਨੇ ਇਨਸਾਨ ਨਾਲ ਸ਼ਾਦੀ ਕਰਾ ਲਈ ਹਾਲਾਂਕਿ ਜਿਹੜੀ ਉਸਨੇ ਸ਼ਾਦੀ ਕਰਾਈ ਉਹਦੇ ਵਿੱਚ ਡੈਸ਼ ਜ਼ਿਆਦਾ ਸੀ ਬਜਾਏ ਲਵ ਦੇ ਉਸ ਨੂੰ ਪਿਆਰ ਘੱਟ ਸੀ ਲੇਕਿਨ ਉਸ ਨੂੰ ਆ ਚੀਜ਼ ਜ਼ਿਆਦਾ ਸੀ ਜੋ ਸਾਨੂੰ ਭਰਨੀ ਹੈ ਤਾਂ ਬੱਚਿਓ ਜੇ ਅਸੀਂ ਇਹ ਵਰਡ ਦੇਖੀਏ ਤਾਂ ਜਿਹੜਾ ਸਹੀ ਵਰਡ ਸਾਡੇ ਐਸਈਚ ਆਇਆ ਸੀ ਉਹ ਹੈ ਸਿੰਪਥੀ ਦਾ सिंपथी ਵਰਡ ਜਿਹੜਾ ਹੈ ਇਸ ਵਰਡ ਤੋਂ ਅਨਸਕਰੈਂਬਲ ਕਰਕੇ ਬਣੇ ਹੈ ਤਾਂ ਉਸ ਨੂੰ ਲੜਕੀ ਨੂੰ सिंपथी ਜ਼ਿਆਦਾ ਸੀ ਬਲਾਈਂਡ ਬੈਨ ਨਾਲ ਪਿਆਰ ਘੱਟ ਸੀ ਫਿਰ ਵੀ ਉਸ ਨੇ ਉਸ ਨਾਲ ਸ਼ਾਦੀ ਕਰਾ ਲਈ ਲਾਸਟ ਸੈਂਟੈਂਸ ਹੈ ਇਟ ਇਜ਼ ਅ ਵੈਰੀ ਡੈਸ਼ ਮਾਈਂਡ दैट वुड विश टू ਕਮਾਂਡ ਵੇਅਰ ਹੀ ਕੈਨ ਹੈਵ ਦਾ ਸਰਵਿਸ ਫੋਰ ਦਾ ਆਸਕਿੰਗ ਇਹ ਲਾਈਨ ਬੱਚਿਓ ਤੁਹਾਡੇ ਐਸਏ ਚ ਆਈ ਹੈ ਉਹਦੇ ਵਿੱਚ ਜੀ ਗਾਰਡੀਨਰ ਨੇ ਦੱਸਿਆ ਹੈ ਕਿ ਸਾਨੂੰ ਜੇਕਰ ਕੋਈ ਕਮ ਪਿਆਰ ਦੇ ਨਾਲ ਹੋ ਸਕਦਾ ਹੈ ਤਾਂ ਸਾਨੂੰ ਫਿਰ ਉੱਥੇ ਕਮਾਂਡ ਕਰਨ ਦੀ ਕੀ ਲੋੜ ਹੈ ਕਮਾਂਡ ਦਾ ਮਤਲਬ ਹੁਕਮ ਦੇਣ ਦੀ ਕਿ ਲੋੜ ਹੈ ਜੇਕਰ ਸਾਨੂੰ ਕੋਈ ਕੰਮ ਸਿਰਫ ਸਿਰਫ ਪਿਆਰ ਨਾਲ ਅਸੀਂ ਆਸਕਿੰਗ ਕਰੀਏ ਆਸਕਿੰਗ ਦਾ ਮਤਲਬ ਪਿਆਰ ਨਾਲ ਉਸ ਨੂੰ ਕਹੀਏ ਉਹ ਪੋਲਾਈਟ ਹੋ ਕੇ ਕਹੀਏ ਜੇਕਰ ਸਾਡਾ ਕੰਮ ਪੋਲਾਈਟ ਹੋ ਕੇ ਹੋ ਜਾਂਦਾ ਤਾਂ ਸਾਨੂੰ ਕੀ ਲੋੜ ਹੈ ਕਿ ਅਸੀਂ ਉੱਤੇ ਹੁਕਮ ਚਲਾਈਏ ਤਾਂ ਜੇਕਰ ਕੋਈ ਇਸ ਤਰ੍ਹਾਂ ਕੰਮ ਕਰਦਾ ਹੈ ਇਟ ਇਜ਼ ਅ ਵੈਰੀ ਡੈਸ਼ ਮਾਈਂਡ ਵਲਗਰ ਮਾਈਂਡ ਉਹ ਬਹੁਤ ਹੀ ਵਲਗਰ ਮਾਈਂਡ ਹੈ ਜੇਕਰ ਇਸ ਤਰ੍ਹਾਂ ਕੋਈ ਕੰਮ ਕਰਦਾ ਹੈ ਤਾਂ ਵਲਗਰ ਦਾ ਮਤਲਬ ਜਿਸ ਨੂੰ ਪਤਾ ਹੀ ਨਹੀਂ ਰਿਊਡ ਗਲਤ ਜਿਹਾ ਇਨਸਾਨ ਜਿਸ ਨੂੰ ਬੇ ਜਿਸ ਨੂੰ ਕੋਈ ਆਦਰ ਵੀ ਨਹੀਂ ਹੈ ਸਤਕਾਰ ਹੀ ਨਹੀਂ ਹੈ ਤਾਂ ਉਸ ਨੂੰ ਸੀ ਬਲਗਰ ਮਾਈਂਡ ਕਹਿੰਦੇ ਨੇ ਉਮੀਦ ਹੈ ਬੱਚਿਓ ਇਹ ਜਿਹੜੀ ਨਵੀਂ ਐਕਸਰਸਾਈਜ਼ ਤੁਹਾਨੂੰ ਇਸ ਵਾਰੀ ਆਈ ਹੈ ਤੁਹਾਨੂੰ ਅਚੀ ਲੱਗੀ ਹੋਏਗੀ ਤਾਂ ਤੁਸੀਂ ਇਸ ਨੂੰ ਆਪਣੀਆਂ ਫੈਰ ਨੋਟਬੁੱਕਸ ਤੇ ਕਰ ਲਿਓ ਇੱਕ ਐਕਸਰਸਾਈਜ਼ ਹੋਰ ਹੈਗੀ ਅਸੀਂ ਉਹ ਵੀ ਸੋਲਵ ਕਰਦੇ ਹਾਂ ਸਟੂਡੈਂਟਸ ਮੈਂ ਇਸ ਵਾਲੀ ਵੀਡੀਓ ਚ ਤੁਹਾਡੀ ਇੱਕ ਗ੍ਰਾਮਰ ਐਕਸਰਸਾਈਜ਼ ਵੀ ਤੁਹਾਨੂੰ ਸੋਲਵ ਕਰਾ ਰਿਹਾ ਹਾਂ ਇਹ ਗ੍ਰਾਮਰ ਐਕਸਰਸਾਈਜ਼ ਦਾ ਸੈਕੰਡ ਪਾਰਟ ਹੈ ਡੂ ਐਸ ਡਾਇਰੈਕਟਿਡ ਦਾ ਇਹ ਐਕਸਰਸਾਈਜ਼ ਦੇ ਵਿੱਚ ਬੱਚਿਓ ਨੋਨ ਫਾਈਨਾਈਟ ਵਰਬਸ ਨੇ ਮੈਂ ਤੁਹਾਨੂੰ ਥੋੜਾ ਜਿਆਦਾ ਦੱਸ ਦਾਂ ਕਿ ਵਰਬਸ ਤੁਹਾਨੂੰ ਬੱਚਿਓ ਸਾਰਿਆਂ ਨੂੰ ਪਤਾ ਹੈ ਕਿ ਕੀ ਹੁੰਦੀਆਂ ਕਿ ਕਿਰਿਆਵਾਂ ਨੂੰ ਅਸੀਂ ਵਰਬਸ ਕਹਿੰਦੇ ਹਾਂ ਵਰਬਸ ਦੋ ਤਰ੍ਹਾਂ ਦੀਆਂ ਹੁੰਦੀਆਂ ਇੱਕ ਫਾਈਨਾਈਟ ਵਰਬਸ ਹੁੰਦੀਆਂ ਨੇ ਇੱਕ ਨੋਨ ਫਾਈਨਾਈਟ ਵਰਬਸ ਹੁੰਦੀਆਂ ਨੇ ਜਿਹੜੀਆਂ ਫਾਈਨਾਈਟ ਵਰਬਸ ਹੁੰਦੀਆਂ ਨੇ ਉਹ ਹੁੰਦੀਆਂ ਨੇ ਜਿਵੇਂ ਜਿਹੜੀ ਸਬਜੈਕਟ ਦੇ ਨਾਲ ਅਕੋਰਡਿੰਗ ਟੂ ਵਰਬ ਜਿਹੜੀ ਹੈ ਉਹ ਚੇਂਜ ਹੁੰਦੀ ਹੈ ਮੰਨ ਲਓ ਜੇ ਸਿੰਗੂਲਰ ਸਬਜੈਕਟ ਹੈ ਤਾਂ ਉਹਦੇ ਨਾਲ ਸਿੰਗੂਲਰ ਵਰਡ ਹੀ ਯੂਜ਼ ਹੁੰਦਾ ਹੈ ਅ ਵੋਬੀ ਯੂਜ਼ ਹੁੰਦੀ ਹੈ ਜੇਕਰ ਪਲੂਰਲ ਹੋਵੇ ਤਾਂ ਉਹਦੇ ਹਿਸਾਬ ਨਾਲ ਪਲੂਰਲ ਵਰਬ ਪਲੂਰਲ ਵਰਬ ਯੂਜ਼ ਹੁੰਦੀ ਹੈ ਲੇਕਿਨ ਇਹ ਜਿਹੜੀ ਐਕਸਰਸਾਈਜ਼ ਆ ਬੱਚਿਓ ਇਹ ਨੋਨ ਫਾਈਨਾਈਟ ਵਰਬਸ ਦੀ ਹੈ ਤਾਂ ਨੋਨ ਫਾਈਨਾਈਟ ਵਰਬ ਬੱਚਿਓ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਨੇ ਇੱਕ ਹੁੰਦੇ ਆ ਇਨਫਿਨੀਟਿਵਸ ਦੂਸਰੇ ਹੁੰਦੇ ਆ ਜੀ ਆ ਪਾਰਟਿਸਪਲ ਤੇ ਤੀਸਰੇ ਹੁੰਦੇ ਆ ਸਾਡੇ ਜੈਰੰਟ ਇਸ ਐਕਸਰਸਾਈਜ਼ ਦੇ ਵਿੱਚ ਬੱਚਿਓ ਤੁਹਾਨੂੰ ਇਹ ਸਾਰੇ ਜਿਹੜੇ ਨੇ ਤਿੰਨੇ ਤਿੰਨਾਂ ਦੀਆਂ ਐਗਜ਼ਾਮਪਲਸ ਦੇਖਣ ਨੂੰ ਮਿਲਦੀਆਂ ਨੇ ਤਾਂ ਅਸੀਂ ਜਿਆਦਾ ਡਿਟੇਲ ਚ ਬੱਚਿਓ ਮੈਂ ਤੁਹਾਨੂੰ ਜ਼ਰੂਰ ਇਹ ਗ੍ਰਾਮਰ ਵਾਲੇ ਪੋਰਸ਼ਨ ਚ ਜ਼ਰੂਰ ਕਰਵਾਉਂਗਾ ਜਿਸ ਟਾਈਮ ਮੈਂ ਆਪਣਾ ਵੀਡੀਓ ਸਪੈਸ਼ਲ ਨੌਨ ਫਾਈਨਿਟ ਵਰਬਸ ਤੇ ਬਣਾਉਂਗਾ ਤੁਹਾਨੂੰ ਬਹੁਤ ਹੀ ਡਿਟੇਲ ਦੇ ਵਿੱਚ ਸਮਝਾਉਂਗਾ ਪਰ ਫਿਲਹਾਲ ਕਿਉਂਕਿ ਤੁਹਾਨੂੰ ਇਹ ਐਕਸਰਸਾਈਜ਼ ਹੈ ਤਾਂ ਤੁਹਾਨੂੰ ਥੋੜੀ ਜਿਹੀ ਮੈਂ ਦੀ ਜਾਣਕਾਰੀ ਦੇ ਕੇ ਇਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਪਹਿਲਾ ਸੈਂਟੈਂਸ ਹੈ ਜੀ ਦਾ ਐਬਿਲਿਟੀ ਡੈਸ਼ ਲਾਫ ਇਜ਼ ਪੈਕਿਉਲਰ ਟੂ ਮੈਂਕਾਈਂਡ ਹੁਣ ਸਾਨੂੰ ਬ੍ਰੈਕਟ ਦੇ ਵਿੱਚ ਦੱਸਿਆ ਹੋਇਆ ਹੈ ਕਿ ਸਾਨੂੰ ਇਨਫਿਨੀਟਿਵ ਯੂਜ਼ ਕਰਨਾ ਹੈ ਅਤਨ ਮੈਂ ਦੱਸਿਆ ਨਾ ਕਿ ਇਨਫਿਨੀਟਿਵਸ ਪਾਰਟਿਸਪਲ ਤੇ ਜੈਰਨ ਇਹਦੇ ਵਿੱਚ ਸਾਨੂੰ ਉਹਨਾਂ ਨੇ ਕਹਿਤਾ ਕਿ ਨੋਨ ਫਾਈਨਿਟ ਵਰਬ ਦਾ ਇਨਫਿਨੀਟਿਵ ਯੂਜ਼ ਕਰਨਾ ਹੈ ਹੁਣ ਬੱਚੇ ਜਿਹੜੇ ਇਨਫਿਨੀਟਿਵਸ ਹੁੰਦੇ ਨੇ ਇਹ ਵਰਬਸ ਤੋਂ ਹੀ ਬਣਦੇ ਨੇ ਇੱਕ ਗੱਲ ਧਿਆਨ ਰੱਖਣ ਵਾਲੀ ਹੈ ਗੱਲ ਕਿ ਵਰਬਸ ਤੋਂ ਹੀ ਬਣਦੇ ਨੇ ਲੇਕਿਨ ਇਹ ਵਰਬ ਦਾ ਕੰਮ ਨਹੀਂ ਕਰਦੇ ਇਹ ਬੇਸਿਕਲੀ ਸੈਂਟੈਂਸ ਦੇ ਵਿੱਚ ਆ ਕੇ ਜਾਂ ਤਾਂ ਨਾਉਨ ਦਾ ਕੰਮ ਕਰਦੇ ਨੇ ਜਾਂ ਫਿਰ ਇਹ ਆ ਇਹ ਕੰਮ ਕਰਦੇ ਨੇ ਐਡਜੈਕਟਿਵ ਦਾ ਜਾਂ ਫਿਰ ਇਹ ਕਈ ਵਾਰੀ ਐਡਵਰਬ ਦਾ ਵੀ ਕੰਮ ਕਰਦੇ ਨੇ ਇਹ ਇਨਫਿਨਿਟਿਵ ਦੀ ਮੈਂ ਗੱਲ ਕਰ ਰਹੇ ਹਾਂ ਹੁਣ ਇਸ ਲਾਈਨ ਦੇ ਵਿੱਚ ਅਸੀਂ ਇਹ ਦੱਸਣਾ ਹੈ ਕਿ ਇਨਫਿਨਿਟਿਵ ਅਸੀਂ ਕਿਸ ਤਰ੍ਹਾਂ ਬਣਾ ਸਕਦੇ ਹਾਂ ਤੇ ਇਨਫਿਨਿਟਿਵ ਦਾ ਬੜਾ ਸਿੰਪਲ ਦੋ ਤਰ੍ਹਾਂ ਦੇ ਹੁੰਦੇ ਬੱਚਿਓ ਇਨਫਿਨਿਟਿਵ ਜ਼ਿਆਦਾ ਇਹ ਟੂ ਦੇ ਨਾਲ ਬੰਦੇ ਨੇ ਜਾਂ ਬਿਨਾਂ ਟੂ ਤੋਂ ਬੰਦੇ ਨੇ ਲੇਕਿਨ ਇਸ ਦੇ ਵਿੱਚ ਇਹ ਟੂ ਲਾ ਕੇ ਸਾਡਾ ਲਾਫ ਲੱਗੇਗਾ ਦਾ ਐਬਿਲਿਟੀ ਟੂ ਲਾਫ ਤਾਂ ਇਹ ਹੈ ਜੀ ਦਾ ਐਬਿਲਿਟੀ ਟੂ ਲਾਫ ਇਜ਼ ਪੈਕਿਉਲਰ ਟੂ ਮੈਨਕਾਈਂਡ ਤਾਂ ਇਸ ਦੇ ਵਿੱਚ ਅਸੀਂ ਜਿਹੜਾ ਇਨਫਿਨੀਟਿਵ ਯੂਜ਼ ਕੀਤਾ ਹੈ ਟੂ ਲਗਾ ਕੇ ਸੈਕਿੰਡ ਜਿਹੜਾ ਸੈਂਟੈਂਸ ਹੈ ਉਸ ਦੇ ਵਿੱਚ ਹੈ ਕਿ ਕੈਨ ਯੂ ਹੋਪ ਡੈਸ਼ ਕਾਊਂਟ ਦਾ ਸਟਾਰਸ ਇਕੁਇਵਰੀਫੇ ਸਾਨੂੰ ਇਨਫਿਨੀਟਿਵ ਵੀ ਪੁੱਛਿਆ ਗਿਆ ਤੇ ਇੱਥੇ ਬੱਚਿਓ ਟੂ ਇਨਫਿਨੀਟਿਵ ਵੀ ਲੱਗੇਗਾ ਤਾਂ ਟੂ ਲਾ ਕੇ ਅਸੀਂ ਕਾਊਂਟ ਲਾ ਦਿੰਨੇ ਆ ਟੂ ਕਾਊਂਟ ਕੈਨ ਯੂ ਹੋਪ ਟੂ ਕਾਊਂਟ ਦਾ ਸਟਾਰਸ ਥਰਡ ਦੇ ਵਿੱਚ ਬੱਚਿਓ ਸਾਨੂੰ ਦੋ ਸੈਂਟੈਂਸ ਦਿੱਤੇ ਹਨ ਅਸੀਂ ਉਸ ਨੂੰ ਕੰਬਾਈਨ ਕਰਨਾ ਹੈ ਜੋੜਨਾ ਹੈ ਲੇਕਿਨ ਕੰਡੀਸ਼ਨ ਹੈ ਕਿ ਸਾਨੂੰ ਇਹ ਪਾਰਟਿਸਪਲ ਯੂਜ਼ ਕਰਨਾ ਤਾਂ ਤੁਹਾਨੂੰ ਮੈਂ ਦੱਸਿਆ ਸੀ ਬੱਚੇ ਉਹ ਨਾਨ ਫਾਈਨਿਟ ਦੀ ਇੱਕ ਜਿਹੜੀ ਹੈ ਕਿਸਮ ਉਹ ਪਾਰਟਿਸਪਲ ਵੀ ਹੈ ਪਾਰਟਿਸਪਲ ਵੀ ਬੱਚੇ ਮੈਂ ਦੱਸਾਂਗਾ ਕਿ ਇਹ ਵੀ ਵਰਬਸ ਤੋਂ ਹੀ ਬੰਦੇ ਨੇ ਲੇਕਿਨ ਇਹ ਵਰਬ ਦਾ ਕੰਮ ਨਹੀਂ ਕਰਦੇ ਜ਼ਿਆਦਾਤਰ ਇਹ ਕੰਮ ਐਡਜੈਕਟਿਵ ਦਾ ਕਰਦੇ ਨੇ ਇਹ ਵੀ ਪਾਰਟਿਸਪਲ ਦੋ ਤਰ੍ਹਾਂ ਦੇ ਹੁੰਦੇ ਨੇ ਵੈਸੇ ਇੱਕ ਪ੍ਰੈਜ਼ੈਂਟ ਹੁੰਦਾ ਹੈ ਤੇ ਇੱਕ ਪਾਸਟ ਹੁੰਦੇ ਆ ਪ੍ਰੈਜ਼ੈਂਟ ਪਾਰਟਿਸਪਲ ਜਿਹੜੇ ਨੇ ਉਹ ਵਰਬ ਦੇ ਨਾਲ ਆਈ ਐਨ ਜੀ ਲਾ ਕੇ ਬੰਦੇ ਆ ਤੇ ਇਹਨਾਂ ਨੂੰ ਕਰਨ ਦਾ ਬੜਾ ਵਧੀਆ ਤਰੀਕਾ ਹੈ ਬੱਚਿਓ ਕਿ ਪਹਿਲਾਂ ਤੁਸੀਂ ਇਹਨਾਂ ਨੂੰ ਥੋੜਾ ਜਿਹਾ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਦੇਖੋ ਕਹਿੰਦੇ ਆਈ ਕਾਲ ਅਸ ਪੇਡਾਸ ਪੇਡ ਕਹਿੰਦੇ ਜੋ ਗੱਲ ਹੈ ਮੈਂ ਉਹੀ ਗੱਲ ਕਹਿਣਾ ਹੈ ਮਤਲਬ ਮੈਂ ਕੋਈ ਉਰਾ ਪਰਾਂ ਦੀ ਗੱਲ ਨਹੀਂ ਕਰਦਾ ਐ ਐਂਡ ਆਈ ऍम ਨੋਟ ਅਫਰੇਡ ਆਫ ਇਟ ਦੂਜਾ ਸੈਂਟੈਂਸ ਹੈ ਕਿ ਮੈਨੂੰ ਇਸ ਗੱਲ ਤੋਂ ਡਰ ਵੀ ਨਹੀਂ ਲੱਗਦਾ ਤਾਂ ਇਸ ਨੂੰ ਅਸੀਂ ਜਦੋਂ ਸਮਝ ਕੇ ਕਰਦੇ ਹਾਂ ਕਿ ਮੈਨੂੰ ਡਰ ਨਹੀਂ ਲੱਗਦਾ ਕਿ ਮੈਂ ਸਹੀ ਨੂੰ ਸਹੀ ਕਹਾ ਇਹੀ ਬਣੀ ਨਾ ਗੱਲ ਤਾਂ ਫਿਰ ਅਸੀਂ ਇਸ ਨੂੰ ਇੰਗਲਿਸ਼ 'ਚ ਕਰਨ ਦੀ ਕਰਦੇ ਹਾਂ ਆਈ ਐਮ ਨਾਟ ਇਸ ਨੂੰ ਅਸੀਂ ਜਦੋਂ ਜੁਆਇਨ ਕਰਾਂਗੇ ਬੱਚਿਓ ਤਾਂ ਕਿਸ ਤਰ੍ਹਾਂ ਕਰਾਂਗੇ ਇਹਦਾ ਕੰਬਾਈਨ ਕਰਕੇ ਸੈਂਟੈਂਸ ਬਣੇਗਾ ਆਈ ਐਮ ਨਾਟ ਅਫਰੇਡ ਆਫ ਹੁਣ ਦੇਖੋ ਇਹ ਜਿਹੜਾ ਸੀ ਆਈ ਏਮ ਨੋਟ ਅਫਰੇਡ ਆਫ ਆਪਾ ਆ ਵਾਲੇ ਸੈਂਟੈਂਸ ਚੁੱਕ ਲਿਆ ਉਸ ਤੋਂ ਬਾਅਦ ਕਿਉਂਕਿ ਸਾਨੂੰ ਪਾਰਟਿਸਪਲ ਯੂਜ਼ ਕਰਨਾ ਹੈ ਅੱਛਾ ਇੱਕ ਗੱਲ ਇੱਥੇ ਵੀ ਹੈ ਕਿ ਇਹਨਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਪ੍ਰੈਜ਼ੈਂਟ ਪਾਰਟਿਸਪਲ ਯੂਜ਼ ਕਰਨਾ ਹੈ ਜਾਂ ਪਾਸਟ ਪਾਰਟਿਸਪਲ ਯੂਜ਼ ਕਰਨਾ ਹੈ ਤਾਂ ਤੁਸੀਂ ਪ੍ਰੈਜ਼ੈਂਟ ਪਾਰਟਿਸਪਲ ਨਾਲ ਬਣਾ ਸਕਦੇ ਹੋ ਤਾਂ ਕਾਲ ਤੁਹਾਨੂੰ ਦੱਸਿਆ ਨਾ ਕਿ ਪ੍ਰੈਜ਼ੈਂਟ ਪਾਰਟਿਸਪਲ ਕਿਵੇਂ ਬਣਦਾ ਹੈ ਕਿ ਪਹਿਲੀ ਵਰਬ ਦੇ ਨਾਲ ਆਈ ਐਨ ਜੀ ਲਾ ਕੇ ਬਣਦਾ ਹੈ ਤਾਂ ਅਸੀਂ ए कॉल वर्ब चक लें बिकॉज ये वर्ब है वर्ब तो असं पार्टीसीपल बना लें कॉलिंग बना दें एक प्रेजेंट पार्टिपल बन गया हूँ जोड़ा यह कॉलिंग है साढ़ा की बन गया यह प्रेजेंट पार्टीसिपल बन गया स्पेड, आ स्पेड ਤਾਂ ਮੈਨੂੰ ਸਹੀ ਨੂੰ ਸਹੀ ਗੱਲ ਕਹਿਣ ਨੂੰ ਮੈਨੂੰ ਕੋਈ ਡਰ ਨਹੀਂ ਲੱਗਦਾ ਤਾਂ ਇਸ ਤਰ੍ਹਾਂ ਅਸੀਂ ਪ੍ਰੈਜ਼ੈਂਟ ਪਾਰਟਿਸਪਲ ਯੂਜ਼ ਕਰਕੇ ਵਰਬ ਤੋਂ ਅਸੀਂ ਪਾਰਟਿਸਪਲ ਬਣਾ ਲਿਆ ਪ੍ਰੈਜ਼ੈਂਟ ਆਈ ਐਨ ਜੀ ਲਾ ਕੇ ਤੇ ਫਿਰ ਅਸੀਂ ਦੋਨਾਂ ਸੈਂਟੈਂਸਿਜ਼ ਨੂੰ ਅਸੀਂ ਕੰਬਾਈਨ ਕਰਤਾ ਤੇ ਸਾਡਾ ਹੱਲ ਹੋ ਗਿਆ ਇਹ ਤੀਸਰਾ ਬੱਚਿਓ ਜੋ ਫੋਰਥ ਜਿਹੜਾ ਸਾਡਾ ਸੈਂਟੈਂਸ ਹੈ ਉਹ ਹੈ ਕਿ ਸਾਨੂੰ ਫੇਰ ਇਨਫਿਨਿਟਿਵ ਹੀ ਯੂਜ਼ ਕਰਨਾ ਹੈ ਫੇਰ ਸਾਨੂੰ ਪਤਾ ਹੈ ਕਿ ਇਨਫਿਨਿਟਿਵ ਦੋ ਤਰ੍ਹਾਂ ਦੇ ਹੁੰਦੇ ਬੱਚਿਓ ਯਾ ਟੂ ਦੇ ਨਾਲ ਯਾ ਬੈਰ ਇਨਫਿਨਿਟਿਵ ਹੁੰਦੇ ਆ ਬਿਨਾ ਟੂ ਦੇ तो असी देखते हैं शी कम्स सूँ सी दिती हुई है वर्ब तो असं इतने टू सी ला दें बिकॉज कुछ वर्ब्स ऐसिया ने जो टू के नाल यूज हो जाए सी भी है तो यह आंसर टू सी आ गया इनफिनिनेटिव हो गया फिफ्थ है जी द मैन सीम्स डैश ਹੁਣ ਇੱਥੇ ਤੁਹਾਨੂੰ ਇਨਫਿਨੀਟਿਵ ਨਹੀਂ ਦਿੱਤਾ ਹੋਇਆ ਧਿਆਨ ਨਾਲ ਦੇਖੋ ਪਾਰਟਿਸਪਲ ਦਿੱਤਾ ਜੋ ਕਿ ਨਾਨ ਫਾਈਨਿਟ ਹੈ ਪਾਰਟਿਸਪਲ ਤੁਹਾਨੂੰ ਮੈਂ ਦੱਸਿਆ ਬੱਚਿਓ ਕਿ ਦੋ ਤਰ੍ਹਾਂ ਦੇ ਹੁੰਦੇ ਨੇ ਪ੍ਰੈਜ਼ੈਂਟ ਹੁੰਦੇ ਨੇ ਜਿਹਦੇ ਵਿੱਚ ਅਸੀਂ ਵਰਬ ਦੇ ਨਾਲ ਆਈ ਐਨ ਜੀ ਲਾਣੇ ਆ ਤੇ ਬਿਨਾ ਆ ਆਈ ਐਨ ਜੀ ਵਾਲੇ ਹੁੰਦੇ ਨੇ ਜੋ ਪਹਿਲੀ ਵਰਬ ਤੋਂ ਅਲੱਗ ਹੁੰਦੇ ਨੇ ਤਾਂ ਮੈਂ ਸੀਮਜ਼ ਵਰੀ ਤਾਂ ਜੇ ਤੁਸੀਂ ਬੱਚਿਓ ਵਰੀ ਦੀਆਂ ਵਰਬ ਦੀਆਂ ਫਾਰਮਸ ਦੇਖੋ ਤਾਂ ਵਰੀ ਦੀਆਂ ਵਰਬ ਦੀਆਂ ਫਾਰਮਸ ਹੁੰਦੀਆਂ ਨੇ ਵਰੀ ਵਰੀਡ ਵਰੀਡ worried worried ਦਾ ਮਤਲਬ ਤੁਹਾਨੂੰ ਪਤਾ ਬੱਚਿਓ ਚਿੰਤਾ ਕਰਨੀ ਹੁੰਦੀ ਹੈ ਤਾਂ ਇਹ ਜਿਹੜਾ ਇਨਸਾਨ ਹੈ ਸਾਨੂੰ ਚਿੰਤਾਤੁਰ ਲੱਗ ਰਿਹਾ ਹੈ ਕਿਉਂਕਿ ਮਤਲਬ ਉਸ ਦੀ ਸਾਨੂੰ ਐਡਜੈਕਟਿਵ ਯੂਜ਼ ਕਰਨਾ ਪੈ ਰਿਹਾ ਵਿਸ਼ੇਸ਼ਣ ਦੇ ਤੌਰ ਤੇ ਯੂਜ਼ ਕਰਨਾ ਪੈ ਰਿਹਾ ਤਾਂ ਅਸੀਂ ਇਸ ਦਾ worried ਲਗਾ ਦਿੰਨੇ ਹੈ ਵਿਸ਼ੇਸ਼ਣ ਦੇ ਤੌਰ ਤੇ ਕਿ ਉਸ ਨੂੰ ਚਿੰਤਾ ਲੱਗੀ ਹੋਈ ਹੈ ਹੁਣ ਅਸੀਂ ਇੱਥੇ ਦੇਖੋ ਪ੍ਰੈਜ਼ੈਂਟ ਪਾਰਟਿਸਪਲ ਯੂਜ਼ ਨਹੀਂ ਕਰਿਆ ਅਸੀਂ ਪਾਸਟ ਪਾਰਟਿਸਪਲ ਯੂਜ਼ ਕਰਿਆ ਪਹਿਲੀ ਫਾਰਮ ਅਸੀਂ ਨਹੀਂ ਯੂਜ਼ ਕੀਤੀ next sentence hai we had a drink of that dash water face apne participle use karna hai ithe fir to daseya na ki jehde infinitives hunde ne eh adjective da kam karde ne kande sanu spark de water warga drink drink milya sanu peen nu cheez mili ta ithe sparkling sparkal ton asi sparkling bana dene e katke ਸਪਾਰਕਲਿੰਗ ਵਾਟਰ ਪਾਰਟਿਸੀਪਲ ਯੂਜ਼ ਕਰ ਲਿਆ ਸਪਾਰਕਲ ਵਰਬ ਹੈ ਸਾਡੀ ਵਰਬ ਦੇ ਨਾਲ ਅਸੀਂ ਆਈ ਐਨ ਜੀ ਜੋੜਤੀ ਤੇ ਇਸ ਨੂੰ ਐਜ਼ ਐਨ ਐਡਜੈਕਟਿਵ ਯੂਜ਼ ਕਰ ਲਿਆ ਸਪਾਰਕਿੰਗ ਸਪਾਰਕਲਿੰਗ ਵਾਟਰ ਪਾਰਟਿਸੀਪਲ ਦੇ ਤੌਰ ਤੇ ਅਸੀਂ ਯੂਜ਼ ਕਰ ਲਿਆ ਤਾਂ ਇਹ ਸਾਡਾ ਆਨਸਰ ਹੋ ਗਿਆ ਸਤਵਾਂ ਫੇਰ ਸਾਡਾ ਕੁਐਸਚਨ ਬੱਚੇ ਉਸੇ ਤਰ੍ਹਾਂ ਦਾ ਹੀ ਹੈ ਕੰਬਾਈਨ ਦਾ ਫੋਲੋਇੰਗ ਸੈਂਟੈਂਸਸ ਯੂਜ਼ਿੰਗ ਆ ਪਾਰਟਿਸੀਪਲ ਫੇਰ ਸਾਨੂੰ ਪਾਰਟਿਸੀਪਲ ਯੂਜ਼ ਕਰਨਾ ਹੈ ਅਸੀਂ ਦੋਨੇ ਸੈਂਟੈਂਸਸ ਨੂੰ ਕੰਬਾਈਨ ਕਰਨਾ ਹੈ ਆ ਦੋ ਸੈਂਟੈਂਸ ਨੇ ਜੀ ਦਾ ਸਟੇਬਲ ਡੋਰ ਵਾਸ ਓਪਨ and the horse was stolen stable ਤੁਹਾਨੂੰ ਪਤਾ ਬੱਚਿਓ ਜਿਹੜੇ ਸਾਡੇ ਅਸਤਵਲ ਘੋੜਿਆਂ ਦੇ ਅਸਤਵਲ ਨੂੰ ਕਿਹਾ ਜਾਂਦਾ ਆ ਉਹ ਜਿਹੜਾ ਦਰਵਾਜਾ ਸੀ ਉਹ ਓਪਨ ਸੀ ਤੇ ਘੋੜਾ ਚੋਰੀ ਹੋ ਗਿਆ ਦਾ ਹਾਰਸ ਵਾਸਟੋਲਨ ਹੁਣ ਸਾਨੂੰ ਪਾਰਟਿਸਪਲ ਯੂਜ਼ ਕਰਦੇ ਹੋਏ ਇਹ ਦੋਨੇ ਸੈਂਟੈਂਸ ਜੁਆਇਨ ਕਰਨੇ ਆ ਤਾਂ ਇਹਦਾ ਬੜਾ ਈਜ਼ੀ ਤਰੀਕਾ ਹੁੰਦਾ ਕਿਸ ਤਰ੍ਹਾਂ ਬੱਚਿਓ ਅਸੀਂ ਅਸੀਂ ਇਸ ਤਰ੍ਹਾਂ ਕਰਦੇ ਆਂ ਦੇਖੋ ਦਾ ਸਟੇਬਲ ਡੋਰ ਤੋਂ ਅਸੀਂ ਸਟਾਰਟ ਕਰਦੇ ਹਾਂ ਪਹਿਲਾਂ ਦਾ ਸਟੇਬਲ ਡੋਰ ਤੋਂ ਅਸੀਂ ਚੱਕ ਲੈਂਦੇ ਹਾਂ ਦਾ ਸਟੇਬਲ ਡੋਰ ਦਾ ਸਟੇਬਲ ਡੋਰ ਅਸਵਲ ਦਾ ਦਰਵਾਜ਼ਾ ਕਿਉਂਕਿ ਉਹ ਖੁੱਲਾ ਸੀ ਤਾਂ ਹੈਵਿੰਗ ਬੀਨ ਓਪਨ ਹੈਵਿੰਗ ਬੀਨ ਓਪਨਡ ਅ ना असं जो सैकेंड सेंटेंस जोड़ देने द होर्स वॉज स्टोलन तो पूरा सेंटेंस बनया बचो द स्टेबल डोर हैविंग बीन ओपन द होर्स वॉज स्टोलन नैक्सट एट सेंटेंस है कंबाइन द फोलोइंग सेंटेंस यूज़िंग अ पार्टिसिपल फेर पार्टिसिपल ही यूज़ करना सामने वी मैटा मैन ही वॉज कैरिंग लॉगोवुड ਬੜਾ ਆਸਾਨ ਹੈ ਜੀ ਵੀ ਮੈਟਮੈਨ ਅਸੀਂ ਇੱਕ ਇਨਸਾਨ ਨੂੰ ਮਿਲੇ ਜੋ ਇੱਕ ਲੱਕੜੀਆਂ ਦੇ ਇਕੱਠੇ ਨੂੰ ਚੱਕ ਕੇ ਜਾ ਰਿਹਾ ਸੀ ਵੀ ਮੈਟਮੈਨ ਦੇਖੋ ਸਾਨੂੰ ਆਲਰੇਡੀ ਇੱਥੇ ਕੈਰੀਂਗ ਆ ਲੋਟੋ ਲੋਗੋ ਵੁੱਡ ਦਿੱਤਾ ਹੋਇਆ ਹੈ ਅਸੀਂ ਇੱਥੋਂ ਹੀ ਚੱਕ ਲੈਣੇ ਆ ਕੈਰੀਂਗ ਆ ਲੋਗ ਆਫ ਵੁੱਡ ਤਾਂ ਸਾਡੇ ਕੋਲੇ ਆਲਰੇਡੀ ਪਾਰਟਿਸਪਲ ਬਣਿਆ ਹੋਇਆ ਸੀ ਅਸੀਂ ਚੱਕ ਕੇ ਸੈਂਟੈਂਸ ਬਣਾਤਾ ਨਾਈਨਥ ਹੈ ਜੀ ਵੀ ਵਰ ਪ੍ਰੀਵੈਂਟਿਡ ਫਰੋਮ ਡੈਸ਼ ਦਾ ਹਾਊਸ ਫਿਲ ਅਪ ਦਾ ਬਲੈਂਕ ਵਿਦ ਦਾ ਜੈਰੈਂਟ ਤਾਂ ਬੱਚੇ ਇੱਥੇ ਜੈਰੈਂਟ ਯੂਜ਼ ਕਰਨਾ ਤਾਂ ਜੈਰੈਂਟ ਵੀ ਬੱਚੇ ਤੁਹਾਨੂੰ ਪਤਾ ਹੈ ਮੈਂ ਦੱਸਿਆ ਕਿ ਜਿਹੜੇ ਇਹ ਵਰਬਸ ਤੋਂ ਹੀ ਬਣਦੇ ਨੇ ਲੇਕਿਨ ਇਹ ਵਰਬ ਦਾ ਕੰਮ ਨਹੀਂ ਕਰਦੇ ਇਹ ਨਾਊਨ ਦਾ ਕੰਮ ਕਰਦੇ ਨੇ ਅੱਛਾ ਇਹ ਕਿਵੇਂ ਬਣਦੇ ਨੇ ਵਰਬ ਦੇ ਨਾਲ ਆਈ ਐਨ ਜੀ ਇਹ ਵੀ ਵਰਬ ਦੀ ਪਹਿਲੀ ਫਾਰਮ ਦੇ ਨਾਲ ਆਈ ਐਨ ਜੀ ਲਾ ਕੇ ਬੰਦੇ ਨੇ ਪਰ ਇਹ ਗੱਲ ਦਾ ਧਿਆਨ ਰੱਖਣਾ ਬੱਚਿਓ ਇਹ ਨਾਉਨ ਦਾ ਕੰਮ ਕਰਦੇ ਨੇ that is the basic difference between gerund and participle gerund ਤੇ participle ਦੇ ਵਿੱਚ ਨਾ ਬੱਚੇ ਕਈ ਵਾਰੀ ਕਨਫਿਊਜ਼ ਹੋ ਜਾਂਦੇ ਨੇ ਕਿ ਦੋਨਾਂ ਦੇ ਵਿੱਚ ਹੀ ਆਈ ਐਨ ਜੀ ਲੱਗਿਆ ਜੀ ਅ ਜੈਰੰਡ ਦੇ ਵਿੱਚ ਵੀ ਲੱਗਿਆ ਤੇ ਪਾਰਟਿਸਪਲ ਦੇ ਵਿੱਚ ਵੀ ਲੱਗਿਆ ਲੇਕਿਨ ਦੋਨਾਂ ਦਾ ਫਰਕ ਹੈ ਬੱਚਿਓ ਜਿਹੜੇ ਪਾਰਟਿਸਪਲ ਆ ਉਹ ਐਜ਼ ਐਨ ਐਡਜੈਕਟਿਵ ਯੂਜ਼ ਹੁੰਦੇ ਨੇ ਇਹ ਧਿਆਨ ਰੱਖਣ ਵਾਲੀ ਗੱਲ ਹੈ ਲੇਕਿਨ ਜੈਰੰਡ ਐਜ਼ ਅ ਨਾਉਨ ਯੂਜ਼ ਹੁੰਦੇ ਨੇ वी आर प्रिवेंटेड फ्रॉम एंटर आई एन जी ला दें जी एंटरिंग एंटरिंग द हाउस साडा हो गया जी लास्ट सेंटेंस है आई हर्ड हर डैश एट द फंक्शन फिर सने जैरन यूज़ करना है जैरन तू पता है वर्ब की फर्स्ट फॉर्म के न आई एन जी लग के बनते हैं जी एज अनाउन का काम करते हैं आई हर्ड हर सिंगिंग एट द फंक्शन ਉਮੀਦ ਹੈ ਬੱਚਿਓ ਤੁਹਾਨੂੰ ਇਹ ਜਿਹੜੀ ਗ੍ਰਾਮਰ ਦੀ ਐਕਸਰਸਾਈਜ਼ ਸਮਝ ਆ ਗਈ ਹੋਏਗੀ ਜੇਕਰ ਮੈਂ ਫਿਰ ਵੀ ਤੁਹਾਨੂੰ ਕਹਾਗਾ ਕਿ ਮੈਂ ਇਸ ਦਾ ਇੱਕ ਸਪੈਸ਼ਲ ਤੌਰ ਤੇ ਵੀਡੀਓ ਇਸ ਦਾ ਜ਼ਰੂਰ ਬਣਾਉਂਗਾ ਮੈਂ ਨਾਨ ਫਾਈਨਿਟ ਵਰਬ ਦਾ ਉਸ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਸਾਰਾ ਕੁਝ ਸਮਝਾਉਂਗਾ ਫਿਲਹਾਲ ਮੈਂ ਤੁਹਾਡੇ ਲਈ ਐਕਸਰਸਾਈਜ਼ ਸੋਲਵ ਕਰਤੀ ਹੈ ਤਾਂ ਤੁਸੀਂ ਬੱਚਿਓ ਅੱਜ ਆਪਣੇ ਸਾਰੀ ਜੋ ਫੈਰ ਨੋਟਬੁਕਸ ਤੇ ਆਪਣੀਆਂ ਇਹ ਸਾਰੇ ਕੁਐਸਚਨ ਆਨਸਰਸ ਨੋਟ ਕਰ ਲੈਣੇ ਨੇ ਤੇ ਸਾਰੀਆਂ ਐਕਸਰਸਾਈਜ਼ਸ ਵੀ ਤੁਸੀਂ ਸੋਲਵ ਕਰ ਲੈਣੀਆਂ ਉਸ ਦੀਆਂ ਪਿਕਸ ਮੈਨੂੰ ਜ਼ਰੂਰ ਭੇਜ ਦੇਣੀਆਂ ਜੇਕਰ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਧੰਨਵਾਦ